ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਸਰਬੱਤ ਸੰਗਤਾਂ ਨੂੰ ਬੇਨਤੀ ਹੈ, ਪ੍ਰਸ਼ਾਦ ਪਾਣੀ ਛਕ ਕੇ ਪੰਡਾਲ ਵਿੱਚ ਸਜਵਾ ਕੇ ਹਰ ਜਸ ਦੇ ਲਾਇ ਲਓ, ਗੁਰਬਾਣੀ ਗੁਰੂ ਦੇ ਲੜ ਲਵੋ, ਅੰਮ੍ਰਿਤ ਛਕੋ ਸਿੰਘ ਸਜੋ ਗੁਰੂ ਵਾਲੇ ਬਣੋ। ਸੋ ਆਓ ਮਹਾਂਪੁਰਖਾਂ ਦੇ ਕੋਲੋਂ ਗੁਰਮਤ ਦੀਆਂ ਵਿਚਾਰਾਂ ਆਪਾਂ ਸਰਵਣ ਕਰੀਏ ਰਲ ਮਿਲ ਕੇ। ਰੋਲੇ ਤੋਂ ਸੰਕੋਚ ਰੱਖਣੇ ਨੇ ਸਾਰੀ ਸਿੱਖ ਸੰਗਤਾਂ ਨੇ। ਆਪਣੇ ਮੋਬਾਈਲ ਫੋਨ ਬੰਦ ਕਰ ਲਿਓ ਭਾਈ, ਜੋ ਕਿ ਡਿਸਟਰਬ ਨਾ ਹੋਈਏ। ਆਓ ਫਤਿਹ ਬੁਲਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸੋ ਭਾਈ ਸਾਹਿਬ ਜੀਆਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ। ਸੋ ਹੁਣ ਭਾਈ ਮਹਾਂਪੁਰਖ ਸਟੇਜ ਤੇ ਪਹੁੰਚ ਚੁੱਕੇ ਹਨ। ਸੋ ਸਾਰੀਆਂ ਹੀ ਸੰਗਤਾਂ ਨੂੰ ਬੇਨਤੀ ਹੈ ਕਿ ਜਿੰਨੀਆਂ ਵੀ ਸੰਗਤਾਂ ਪੰਡਾਲ ਤੋਂ ਬਾਹਰ ਜਾਂ ਲੰਗਰ ਵਿੱਚ ਹਨ, ਸੋ ਜਲਦੀ ਤੋਂ ਜਲਦੀ ਲੰਗਰ ਛਕ ਕਰਕੇ ਪੰਡਾਲਾਂ ਵਿੱਚ ਪਹੁੰਚਣ ਦੀ ਕਿਰਪਾਲਤਾ ਕਰੋ, ਤਾਂ ਕਿ ਆਪਾਂ ਮਹਾਂਪੁਰਖਾਂ ਪਾਸੋਂ ਗੁਰਬਾਣੀ ਦੀਆਂ ਵਿਚਾਰਾਂ ਸੁਣ ਕਰਕੇ ਆਪਣੇ ਜੀਵਨ ਨੂੰ ਸਫਲ ਕਰ ਸਕੀਏ। ਸੋ ਜਿੰਨੀਆਂ ਸੰਗਤਾਂ ਭਾਈ ਪੰਡਾਲ ਵਿੱਚ ਹਨ, ਸੋ ਸਾਰੀਆਂ ਹੀ ਸੰਗਤਾਂ ਆਪੋ ਆਪਣੇ ਮੋਬਾਈਲ ਫੋਨ ਬੰਦ ਕਰ ਦਿਓ, ਤਾਂ ਕਿ ਦੀਵਾਰ ਵਿੱਚ ਕਿਸੇ ਪ੍ਰਕਾਰ ਦੀ ਕੋਈ ਡਿਸਟਰਬੈਂਸ ਨਾ ਹੋ ਸਕੇ। ਸੋ ਅੱਜ ਦਾ ਇਹ ਪ੍ਰੋਗਰਾਮ ਆਵਾਜ਼ ਕੌਮ ਚੈਨਲ 'ਤੇ ਲਾਈਵ ਹੋ ਰਿਹਾ ਹੈ। ਸੋ ਬਾਹਰ ਦੀਆਂ ਸਾਰੀਆਂ ਸੰਗਤਾਂ ਵੀ ਅੱਜ ਦੇ ਇਸ ਦੀਵਾਰ ਨੂੰ ਸਰਵਣ ਕਰ ਰਹੀਆਂ ਹਨ। ਸੋ ਲਾਈਵ ਵਾਲੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਹੈ। ਸੋ ਹੁਣ ਮਹਾਂਪੁਰਖਾਂ ਦਾ ਸਮਾਂ ਹੈ, ਉਹਨਾਂ ਪਾਸੋਂ ਆਪਾਂ ਗੁਰਬਾਣੀ ਦੀਆਂ ਵਿਚਾਰਾਂ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ।
ਭਾਗ ਠੜੇ ਹਰ ਸੰਤ ਤੁਮਾਰੇ ਜਿਨ ਕਰ ਦਾਨ ਹਰ ਨਾਮਾ ਜੀ ਭਾਗ ਠੜੇ ਹਰ ਸੰਤ ਤੁਮਾਰੇ ਜਿਨ ਕਰ ਦਾਨ ਹਰ ਨਾਮਾ ਜੀ ਭਾਗ ਠੜੇ ਹਰ ਸੰਤ ਤੁਮਾਰੇ ਭਾਗ ਠੜੇ ਹਰ ਹਰ ਸੰਤ ਤੁਮਾਰੇ ਜਿਨ ਕਰ ਤਨ ਹਰ ਨਾਮਾ ਭਾਗ ਖੜੀ ਹਰ ਸੰਤ ਤੁਮਾਰੇ ਜਿਨ ਕਰ ਤਨ ਹਰ ਨਾਮਾ ਭਾਗ ਖੜੀ ਹਰ ਸੰਤ ਤੁਮਾਰੇ ਹਰ ਨਾਮਾ ਮਿਲ ਕੇ ਸਾਰੇ ਤਨ ਹਰ ਨਾਮਾ ਜੀ ਤਨ ਹਰ ਨਾਮਾ ਜੀ ਜਿਨ ਕਰ ਤਨ ਹਰ ਨਾਮਾ ਜੀ ਤਨ ਹਰ ਨਾਮਾ ਜੀ ਜਿਨ ਕਰ ਤਨ ਹਰ ਹਰ ਨਾਮਾ ਜੀ ਹਰ ਨਾਮਾ ਜੀ ਕਰ ਤਨ ਹਰ ਨਾਮਾ ਜੀ ਹਰ ਸੰਤ ਤੁਮਾਰੇ ਜਿਨ ਕਰ ਤਨ ਹਰ ਨਾਮਾ ਭਾਗ ਠੜੇ ਹਰ ਸੰਤ ਤੁਮਾਰੇ ਜਿਨ ਕਰ ਤਨ ਹਰ ਨਾਮਾ ਭਾਗ ਠੜੇ ਹਰ ਸੰਤ ਤੁਮਾਰੇ ਭਾਗ ਠੜੇ ਹਰ ਤਨ ਹਰ ਨਾਮਾ ਤਨ ਹਰ ਨਾਮਾ ਜੀ ਤਨ ਹਰ ਨਾਮਾ ਜੀ ਤਨ ਹਰ ਨਾਮਾ ਜੀ ਤਨ ਹਰ ਨਾਮਾ ਜੀ ਸੰਤ ਤੁਮਾਰੇ ਜਿਨ ਕਰ ਤਨ ਹਰ ਨਾਮਾ ਭਾਗ ਖੜੀ ਹਰ ਸੰਤ ਤੁਮਾਰੇ ਜਿਨ ਕਰ ਤਨ ਹਰ ਨਾਮਾ ਜੀ ਭਾਗ ਖੜੀ ਹਰ ਸੰਤ ਤੁਮਾਰੇ
ਪਾਠੜੇ ਹਰ ਸੰਤ ਤੁਮਾਰੇ ਜਿਨ ਘਰ ਧਨ ਹਰ ਨਾਮਾ ਪ੍ਰਵਾਨ ਗਣੇ ਸਹੀਏ ਆਏ ਸਫਲ ਤਿਨਾ ਕੇ ਕਾਮਾ ਸਤਿਗੁਰੂ ਜੁਗੋ ਜੁਗ ਅਟਲ ਤਖਤ ਚਬਰ ਛਤਰ ਜੀ ਦੇ ਮਾਲਕ ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ ਸਮੁੱਚੀ ਮਨੁੱਖਤਾ ਦੇ ਸਾਂਝੇ ਰਹਿਬਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ 'ਚ ਜੁੜ ਬੈਠੀ ਸਾਰੀ ਸੰਗਤ ਸਾਰੇ ਗੱਜ ਵੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੇ ਸਾਡੇ ਤੋਂ ਪਹਿਲਾਂ ਇਸ ਗੁਰੂ ਘਰ ਦੇ ਜਥੇ ਪਾਸੋਂ ਧੁਰਕੀ ਬਾਣੀ ਦਾ ਕੀਰਤਨ ਸੁਣਿਆ। ਵਡਭਾਗੇ ਬਣੇ ਹੋ, ਇਕਾਗਰਤਾ ਬਣਾ ਕੇ ਬੈਠੋ। ਜਿਹੜੀ ਸੰਗਤ ਬਾਹਰ ਹੈ ਉਹ ਸਾਰੀ ਸੰਗਤ ਪੰਡਾਲਾਂ 'ਚ ਆਵੇ। ਬੀਬੀਆਂ ਨੂੰ ਬੇਨਤੀ ਹੈ ਕਿ ਅੱਗੇ ਆ ਕੇ ਬੈਠੋ, ਸਾਰੀਆਂ ਬੀਬੀਆਂ ਅੱਗੇ ਨੂੰ ਹੋ ਜਾਓ ਤੇ ਮਾਇਕ ਆ ਜਿਹੜੀਆਂ ਬੀਬੀਆਂ ਧਾਰਨਾ 'ਚ ਬੋਲ ਰਹੀਆਂ ਨੇ ਇਹਨਾਂ ਦੇ ਅੱਗੇ ਸੌਣ ਵਾਲਾ ਭਾਈ ਮਾਇਕ ਰੱਖ ਦੇਵੇ ਤੇ ਸਾਧ ਸੰਗਤ ਜਿਹੜੀਆਂ ਬੀਬੀਆਂ ਨੂੰ ਸ਼ਬਦ ਵਿੱਚ ਬੋਲਣਾ ਆਉਂਦਾ ਹੈ ਉਹ ਬੀਬੀਆਂ ਆਪ ਹੀ ਮਾਇਕ ਆਪਣੇ ਅੱਗੇ ਰਖਵਾ ਲੈਣ। ਇਸ ਕਰਕੇ ਆਓ ਇਕਾਗਰਤਾ ਬਣਾ ਕੇ ਰੌਲੇ ਦੀ ਆਵਾਜ਼ ਨਾ ਪੰਡਾਲ ਦੇ ਵਿੱਚੋਂ ਆਵੇ, ਜਿੱਥੇ ਜਗ੍ਹਾ ਮਿਲਦੀ ਹੈ ਬੈਠ ਜਾਓ। ਭਾਈ ਸ਼ਿੰਗਾਰਾ ਸਿੰਘ ਉਹ ਆਪਣੀ ਡਿਊਟੀ ਨਿਭਾਉਣ, ਕਿਸੇ ਵੀ ਬੀਬੀ ਨੇ ਪੰਡਾਲ ਦੇ ਵਿੱਚੋਂ ਬਾਹਰ ਨਹੀਂ ਜਾਣਾ, ਸਾਰੀਆਂ ਬੀਬੀਆਂ ਪੰਡਾਲ ਦੇ ਵਿੱਚ ਬੈਠੋ ਆ ਕੇ। ਇਸ ਕਰਕੇ ਸਾਧ ਸੰਗਤ ਜਿੰਨੇ ਸਟੇਜ ਦੇ ਉੱਪਰ ਸਿੰਘ ਨੇ ਸਾਰੇ ਇਕਾਗਰਤਾ ਬਣਾ ਕੇ ਬੈਠ ਜਾਓ। ਕੋਈ ਵੀ ਸਟੇਜ ਦੇ ਉੱਪਰ ਇੱਧਰ ਉੱਧਰ ਸਾਧ ਸੰਗਤ ਨਾ ਘੁੰਮੇ। ਆਓ ਬੇਨਤੀ ਹੈ ਕਿ ਇਕਾਗਰਤਾ ਬਣਾਈਏ। ਜਿਹੜਾ ਕੈਮਰਾ ਹੈ ਇਹ ਅੱਗੇ ਕਰ ਦਿਓ ਸਾਰੇ ਤੁਸੀਂ, ਇਹ ਜਿਹੜਾ ਕੈਮਰਾ ਅੱਗੇ ਲਾਓ ਤਾਂ ਕਿ ਕਈ ਵਾਰੀ ਸੰਗਤ ਮੱਥਾ ਟੇਕਣ ਆਉਂਦੀ ਹੈ, ਇਹ ਤੁਹਾਡੀ ਆਪਣੀ ਜ਼ਿੰਮੇਵਾਰੀ ਬਣਦੀ ਹੈ ਕਿਉਂਕਿ ਸੰਗਤਾਂ ਵਿੱਚੋਂ ਦੀ ਕ੍ਰੋਸ ਹੋਈ ਜਾਂਦੀਆਂ ਨੇ। ਇਹ ਕੈਮਰਾ ਬਿਲਕੁਲ ਨੇੜੇ ਕਰ ਦਿਓ। ਸਤਿਗੁਰੂ ਮਹਾਰਾਜ ਦਾ ਵਚਨ ਹੈ ਬੜਭਾਗੀ ਸਾਧ ਸੰਗਤ ਪ੍ਰਾਪਤ ਤਿਨ ਭੇਟ ਦੁਰਮਤ ਖੋਈ।
ਵੱਡਿਆਂ ਭਾਗਾਂ ਵਾਲਿਆਂ ਨੂੰ ਸਤਸੰਗ ਮਿਲਦਾ ਹੈ ਤੇ ਸਤਸੰਗਤ ਦੀ ਪ੍ਰਾਪਤੀ ਦੇ ਨਾਲ ਦੁਰਮਤ ਦਾ ਜਿਹੜਾ ਖੋਟੀ ਮਤ ਦਾ ਨਾਸ਼ ਹੁੰਦਾ ਸਤਸੰਗਤ ਜੀ। ਖੋਟੀ ਮਤ ਦਾ ਜਿਹੜਾ ਨਾ ਨਾਸ਼ ਹੁੰਦਾ ਇਸ ਕਰਕੇ ਆਓ ਵਿਸਾਖ ਦਾ ਮਹੀਨਾ ਚੱਲ ਰਿਹਾ ਵਿਸਾਖ ਦੇ ਮਹੀਨੇ ਦਾ ਬਹੁਤ ਵੱਡਾ ਇਤਿਹਾਸ ਹੈ ਖਾਲਸੇ ਦੀ ਸਾਜਨਾ ਵਿਸਾਖ ਦੇ ਵਿੱਚ ਹੋਈ ਵਿਸਾਖੀ ਨੂੰ ਹੋਈ ਖਾਲਸੇ ਦੀ ਸਾਜਨਾ ਵਿਸਾਖੀ ਨੂੰ ਹੋਈ ਹੈ ਵਿਸਾਖ ਧੀਰਨ ਕਿਉਂ ਵਾਂਢੀਆਂ ਜਿਨ੍ਹਾਂ ਪ੍ਰੇਮ ਵਿਛੋ ਉਹਨਾਂ ਜੀਵ ਇਸਤਰੀਆਂ ਨੂੰ ਸਭ ਸੰਗਤ ਜੀ ਧੀਰਜ ਤਾਈ ਜਿਹੜੀ ਹੈ ਪ੍ਰਾਪਤ ਨਹੀਂ ਹੋ ਸਕਦੀ ਜਿਨ੍ਹਾਂ ਜੀਵ ਇਸਤਰੀਆਂ ਦਾ ਪਤੀ ਪਰਮੇਸ਼ਰ ਤੋਂ ਵਿਛੋੜਾ ਪਿਆ ਜਿਹੜੀਆਂ ਜੀਵ ਇਸਤਰੀਆਂ ਪਤੀ ਤੋਂ ਵਿਛੜੀਆਂ ਨੇ ਪਤੀ ਪਰਮੇਸ਼ਵਰ ਤੋਂ ਜਿਨ੍ਹਾਂ ਦਾ ਨਾਮ ਤੋਂ ਵਿਛੋੜਾ ਪਿਆ ਉਹਨਾਂ ਨੂੰ ਧੀਰਜ ਤਾਈ ਨਹੀਂ ਕਦੇ ਪ੍ਰਾਪਤ ਹੋ ਸਕਦੀ। ਆਪਾਂ ਜੀਵ ਇਸਤਰੀਆਂ ਆਪਣਾ ਸਾਰਿਆਂ ਦਾ ਪਤੀ ਪਰਮਾਤਮਾ ਸਾਰਿਆਂ ਦਾ ਆਪਣਾ ਜਿਹੜਾ ਪਤੀ ਹੈ ਪਰਮਾਤਮਾ ਹੈ ਇਸ ਕਰਕੇ ਉਹਨਾਂ ਜੀਵ ਇਸਤਰੀਆਂ ਨੂੰ ਕਦੇ ਵੀ ਸ਼ਾਂਤੀ ਨਹੀਂ ਮਿਲ ਸਕਦੀ ਵਿਸਾਖ ਧੀਰਨ ਕਿਉਂ ਵਾਢੀਆਂ ਜਿਨ੍ਹਾਂ ਪ੍ਰੇਮ ਵਿਛੋ ਹਰ ਸਾਜਨ ਪੁਰਖ ਵਿਸਾਰ ਕੇ ਲੱਗੀ ਮਾਇਆ ਤੋਂ ਜਿਨ੍ਹਾਂ ਨੇ ਹਰੀ ਸੱਜਣ ਨੂੰ ਵਿਸਾਰ ਦਿੱਤਾ ਕਿਉਂਕਿ ਸੱਜਣ ਉਹ ਹੁੰਦਾ ਜਿਹੜਾ ਔਖੇ ਵੇਲੇ ਕੰਮ ਆਵੇ ਸੱਜਣ ਸਹੀ ਨਾਲ ਮੈਂ ਚੱਲਦਿਆਂ ਨਾਲ ਚੱਲਣ ਜਿੱਥੇ ਲੇਖਾ ਮੰਗੀ ਹੈ ਤਿੱਥੇ ਖੜੇ ਦਸਨ ਸੱਜਣ ਉਹ ਹੈ ਜਿਹੜਾ ਔਖੇ ਵੇਲੇ ਸਾਧ ਸੰਗਤ ਕੰਮ ਆਵੇ ਔਖੇ ਵੇਲੇ ਤਾਂ ਕੰਮ ਆਉਣ ਵਾਲਾ ਵਾਹਿਗੁਰੂ ਹੈ ਵਾਹਿਗੁਰੂ ਦਾ ਨਾਮ ਹੈ ਜਗ੍ਹਾ ਜਗ੍ਹਾ ਪ੍ਰਮਾਣ ਆਉਂਦੇ ਨੇ ਜੈ ਮਾਰਗ ਕੇ ਗਣੇ ਜਾਏ ਨਾ ਕੋਸਾ ਹਰ ਕਾ ਨਾਮ ਊਹਾਂ ਸੰਗਤੋਸਾ ਜਹ ਮਾਤ ਪਿਤਾ ਸੁਤ ਮੀਤ ਨਾ ਭਾਈ ਮਨ ਊਹਾਂ ਨਾਮ ਤੇਰਾ ਸੰਗ ਸਹਾਈ ਜਿੱਥੇ ਕੋਈ ਮਾਤਾ ਪਿਤਾ ਨਹੀਂ ਤੇਰਾ ਉੱਥੇ ਨਾਮ ਨੇ ਸਹਾਇਤਾ ਕਰਨੀ ਹੈ ਜਗ੍ਹਾ ਜਗ੍ਹਾ ਪ੍ਰਮਾਣ ਆਉਂਦੇ ਨੇ ਇਸ ਕਰਕੇ ਹਰੀ ਸੱਜਣ ਹੈ ਸਾਡਾ ਸੱਚਾ ਆਪਾਂ ਹਰੀ ਸੱਜਣ ਨੂੰ ਵਿਸਾਰ ਕੇ ਮਾਇਆ ਦੇ ਛਲ ਮਾਇਆ ਦੇ ਧੋਖੇ 'ਚ ਫਸ ਗਏ ਹਾਂ ਸਤ ਸੰਗਤ ਜੀ। ਜੜ ਚੇਤਨ ਅਤੇ ਅਗਿਆਨ ਰੂਪ ਤਿੰਨ ਪ੍ਰਕਾਰ ਦੀ ਮਾਇਆ ਇਕੱਲੇ ਪੈਸੇ ਨੂੰ ਮਾਇਆ ਨਹੀਂ ਕਿਹਾ ਜਾਂਦਾ ਧੀਆਂ ਪੁੱਤਰਾਂ ਸਾਕ ਸੰਬੰਧੀਆਂ ਰਿਸ਼ਤੇਦਾਰਾਂ ਇਸਤਰੀ ਸਾਰੇ ਮਾਇਆ 'ਚ ਆ ਗਏ ਇਹ ਚੇਤਨ ਮਾਇਆ ਦੇ ਵਿੱਚ ਆ ਗਏ
ਪੁੱਤਰ ਕਲੱਤਰ ਨਾ ਸੰਗਤ ਨਾ ਹਰ ਅਵਨਾਸੀਓ, ਪੁੱਤਰ ਨਾ ਪੁੱਤਰ ਕਲੱਤਰ ਨਾਮ ਇਸਤਰੀ ਦਾ, ਨਾ ਸੰਗਤ ਨਾ ਨਾ ਮਾਇਆ ਨਾਲ ਜਾਣ ਵਾਲੀ ਹੈ। ਹਰ ਅਵਨਾਸੀ ਉਹ ਇੱਕ ਵਾਹਿਗੁਰੂ ਦਾ ਨਾਮ ਨਾਲ ਜਾਣ ਵਾਲਾ ਹੈ। ਉਹ ਅਵਨਾਸ਼ੀ ਨਾਸ਼ ਤੋਂ ਰਹਿਤ ਹੈ, ਵਾਹਿਗੁਰੂ ਦਾ ਨਾਮ ਉਹ ਤੇਰੇ ਨਾਲ ਜਾਊਗਾ। ਪਲਚ ਪਲਚ ਸਗਲੀ ਮੂਈ ਝੂਠੈ ਧੰਦੇ ਮੋਹ, ਪਲਚ ਤੋਂ ਭਾਵ ਫਸਣਾ ਫਸ ਫਸ ਕੇ। ਸੰਸਾਰ ਦੇ ਸਰ ਸੰਗਤ ਜੀ ਝੂਠੇ ਧੰਦਿਆਂ ਚ ਫਸ ਫਸ ਕੇ ਆਪਾਂ ਮਰ ਰਹੇ ਹਾਂ। ਇੱਕ ਸਹਾਰ ਕੇ ਨਾਮ ਬਿਨ ਅੱਗੇ ਲਈਐ ਖੋਹ, ਇੱਕ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਅੱਗੇ ਸਾਰਾ ਕੁਝ ਤੇਥੋਂ ਖੋਹ ਲੈਣਾ। ਧਰਮ ਰਾਜ ਦੇ ਜਮਾਂ ਨੇ ਟੈਕਸ ਵਜੋਂ, ਕਰਮ ਧਰਮ ਪਾਖੰਡ ਜੋ ਦੀਸੈ, ਤਿੰਨ ਜਮ ਜਾਗਾਤੀ ਲੂਟੈ, ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਕ ਸਿਮਰਤ ਜਿਤ ਛੂਟੈ। ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ, ਨਾਮ ਬਿਨਾ ਸਭ ਕੂੜ ਗਾਲੀ ਹੋਸ਼ੀਆਂ। ਨਾਮ ਤੋਂ ਬਿਨਾ ਸਾਰੀਆਂ ਗੱਲਾਂ, ਨਾਮ ਤੋਂ ਬਿਨਾ ਨਾਮ ਤੋਂ ਬਿਨਾ ਸਾਧ ਸੰਗਤ ਸਾਰੀਆਂ ਗੱਲਾਂ ਹੋਸ਼ੀਆਂ ਨੇ, ਝੂਠੀਆਂ ਨੇ। ਸਿਮਰਤ ਵੇਦ ਪ੍ਰਾਣ ਪਕਾਰਨ ਪੋਥੀਆਂ, ਨਾਮ ਬਿਨਾ ਸਭ ਕੂੜ ਗਾਲੀ ਹੋਸ਼ੀਆਂ। ਗੱਲਾਂ ਹੋਸ਼ੀਆਂ ਸਭੇ ਨਾਮ ਤੋਂ ਬਿਨਾ, ਗੱਲਾਂ ਹੋਸ਼ੀਆਂ ਸਭੇ ਨਾਮ ਤੋਂ ਬਿਨਾ, ਗੱਲਾਂ ਗੱਲਾਂ ਹੋਸ਼ੀਆਂ ਸਭੇ ਨਾਮ ਤੋਂ ਬਿਨਾ, ਗੱਲਾਂ ਹੋਸ਼ੀਆਂ ਸਭੇ ਨਾਮ ਤੋਂ ਬਿਨਾ। ਗੱਲਾਂ ਹੋਸ਼ੀਆਂ ਇੱਕ ਤੇਰੇ ਨਾਮ ਤੋਂ ਬਿਨਾ, ਗੱਲਾਂ ਹੋਸ਼ੀਆਂ ਇੱਕ ਤੇਰੇ ਨਾਮ ਤੋਂ ਬਿਨਾ, ਗੱਲਾਂ ਹੋਸ਼ੀਆਂ ਨਾਮ ਤੋਂ ਬਿਨਾ, ਗੱਲਾਂ ਹੋਸ਼ੀਆਂ ਸਾਰੀਆਂ ਬੀਬੀਆਂ ਰਲ ਕੇ ਬੋਲੋ। ਇੱਕ ਤੇਰੇ ਨਾਮ ਤੋਂ ਬਿਨਾ, ਇੱਕ ਤੇਰੇ ਨਾਮ ਤੋਂ ਬਿਨਾ ਜੀ, ਇੱਕ ਤੇਰੇ ਨਾਮ ਤੋਂ ਬਿਨਾ, ਤੇਰੇ ਨਾਮ ਤੋਂ ਬਿਨਾ। ਇੱਕ ਤੇਰੇ ਨਾਮ ਤੋਂ ਬਿਨਾ, ਇੱਕ ਤੇਰੇ ਨਾਮ ਤੋਂ ਬਿਨਾ, ਇੱਕ ਤੇਰੇ ਨਾਮ ਤੋਂ ਬਿਨਾ, ਇੱਕ ਤੇਰੇ ਨਾਮ ਤੋਂ ਬਿਨਾ।
ਗੱਲਾਂ ਹੋਸ਼ੀਆਂ ਸਭੇ ਨਾਮ ਤੋਂ ਬਿਨਾ, ਗੱਲਾਂ ਹੋਸ਼ੀਆਂ ਸਭੇ ਨਾਮ ਤੋਂ ਬਿਨਾ, ਗੱਲਾਂ ਹੋਸ਼ੀਆਂ ਨਾਮ ਤੋਂ ਬਿਨਾ, ਗੱਲਾਂ ਹੋਸ਼ੀਆਂ ਸਭੇ ਨਾਮ ਤੋਂ ਬਿਨਾ। ਸਿਮਰਤ ਵੇਦ ਪੁਰਾਣ ਪਕਾਰਨ ਪੋਥੀਆਂ, ਨਾਮ ਬਿਨਾਂ ਸਭ ਕੂੜ ਗਾਲੀ ਹੋਸ਼ੀ। ਉਹਨਾਂ ਦੇ ਵੱਡੇ ਭਾਗ ਨੇ ਸਤ ਸੰਗਤ, ਭਾਗ ਠੜੇ ਹਰ ਸੰਤ ਤੁਮਾਰੇ, ਜਿਨ ਘਰ ਧਨ ਹਰ ਨਾਮਾ, ਜਿਨ੍ਹਾਂ ਦੇ ਕੋਲੇ ਨਾਮ ਦਾ ਖਜ਼ਾਨਾ, ਉਹਨਾਂ ਦਾ ਸੰਸਾਰ ਤੇ ਆਉਣਾ ਸਫਲ ਹੈ। ਪ੍ਰਵਾਨ ਗਣੇ ਸੇਈਏ ਆਏ, ਉਹਨਾਂ ਦਾ ਆਉਣਾ ਪ੍ਰਵਾਨ ਹੈ। ਸਫਲ ਤਿੰਨਾਂ ਕੇ ਕਾਮਾਂ, ਉਹਨਾਂ ਦੇ ਸੰਸਾਰ ਤੇ ਆਉਣਾ ਮਨੁੱਖਾ ਜੀਵਨ ਨੂੰ ਸਫਲਾ ਕਰਨ ਰੂਪ ਮਨੋਰਥ ਹੈ ਜਿਹੜਾ ਨਾ, ਉਹ ਵੀ ਸਫਲਾ ਹੋ ਗਿਆ। ਉਹਨਾਂ ਦਾ ਮਨੁੱਖਾ ਜਨਮ ਨੂੰ ਸਫਲਾ ਕਰਨ ਰੂਪ ਮਨੋਰਥ, ਪ੍ਰਵਾਨ ਗਣੇ ਸੇਈਏ ਆਏ, ਸਫਲ ਤਿੰਨਾਂ ਕੇ ਕਾਮਾਂ। ਆਓ ਵਿਚਾਰ ਕਰ ਲਈਏ, ਜਿਹੜਾ ਕੱਲ੍ਹ ਦਾ ਦਿਨ ਆ ਰਿਹਾ ਹੈ 5 ਮਈ ਦਾ, ਇਸ ਦਿਨ ਦੀ ਸੰਗਤ ਨੂੰ ਵਧਾਈ ਲੱਖ ਲੱਖ, ਕਿਉਂਕਿ ਕੱਲ੍ਹ ਨੂੰ ਗੁਰੂ ਅੰਗਦ ਸਾਹਿਬ ਦੂਸਰੇ ਪਾਤਸ਼ਾਹ ਦਾ ਅਵਤਾਰ ਦਿਹਾੜਾ ਹੈਗਾ ਕੱਲ੍ਹ ਨੂੰ। ਪਹਿਲਾਂ ਨਿਰਾਕਾਰ ਸੀਗਾ, ਨਿਰੰਕਾਰ ਆਕਾਰ ਤੋਂ ਰਹਿਤ, ਜਿਹੜਾ ਨਿਰੰਕਾਰ ਹੈ ਜਪਜੀ ਸਾਹਿਬ ਦੇ ਵਿੱਚ ਵੀ ਪ੍ਰਮਾਣ ਆਉਂਦੇ ਨੇ, ਉਹਦਾ ਆਕਾਰ ਨਹੀਂ ਕੋਈ, ਰੂਪ ਨਾ ਰੇਖ ਨਾ ਰੰਗ, ਕਿਸ ਤ੍ਰਹਿ ਗੁਣ ਤੇ ਪ੍ਰਭ ਭਿੰਨ, ਤਿਸੈ ਵਜਾਏ ਨਾਨਕਾ ਜਿਸ ਹੋਵੇ ਸੋ ਪ੍ਰਸੰਨ। ਨਿਰਾਕਾਰ ਹੈ, ਆਕਾਰ ਤੋਂ ਰਹਿਤ ਹੈ। ਉਸ ਨਿਰੰਕਾਰ ਦੇ ਮਨ ਚ ਫੁਰਨਾ ਆਇਆ, ਕੀਤਾ ਪਸਾਓ ਇੱਕੋ ਕਵਾਓ, ਕਵਾਓ ਦਾ ਅਰਥ ਫੁਰਨਾ ਵੀ ਹੈ ਤੇ ਸ਼ਬਦ ਵੀ ਹੈ। ਇੱਕ ਸ਼ਬਦ ਤੋਂ ਉਹਨੇ ਸ੍ਰਿਸ਼ਟੀ ਦਾ ਪਸਾਓ ਦਾ ਅਰਥ ਹੈ ਪਸਾਰਾ ਕਰ ਦਿੱਤਾ। ਨਿਰੰਕਾਰ ਤੋਂ ਸਾਕਾਰ ਰੂਪ ਹੋਇਆ, ਸਾਕਾਰ ਤੋਂ ਫਿਰ ਅਵਤਾਰਾਂ ਦੇ ਰੂਪ ਦੇ ਵਿੱਚ ਆਇਆ ਪਰਮੇਸ਼ਰ। ਜਬ ਜਬ ਹੋਏ ਧਰਮ ਗਲਾਨੀ, ਤਬ ਦਾ ਰਾਇਓ ਅਵਤਾਰ ਮਹਾਨੀ। ਜਦੋਂ ਜਦੋਂ ਵੀ ਧਰਮ ਦਾ ਨਾਸ਼ ਹੁੰਦਾ ਹੈ, ਉਸ ਧਰਮ ਜਦੋਂ ਜਦੋਂ ਵੀ ਧਰਮ ਵੱਧਦਾ ਹੈ, ਜਦੋਂ ਜਦੋਂ ਵੀ ਧਰਮ ਦਾ ਨਾਸ਼ ਹੁੰਦਾ, ਧਰਮ ਦੀ ਹਾਨੀ ਹੁੰਦੀ ਹੈ, ਜ਼ੁਲਮ ਵੱਧਦਾ, ਤਾਂ ਜ਼ੁਲਮ ਨੂੰ ਠੱਲਣ ਵਾਸਤੇ, ਧਰਮ ਦੇ ਵਾਧੇ ਵਾਸਤੇ ਵਾਹਿਗੁਰੂ ਕਿਸੇ ਨਾ ਕਿਸੇ ਦੀ ਫਿਰ ਡਿਊਟੀ ਲਾਉਂਦਾ। 24 ਅਵਤਾਰ ਵਿਸ਼ਨੂੰ ਦੇ ਮੰਨੇ ਨੇ, 7 ਅਵਤਾਰ ਬ੍ਰਹਮਾ ਦੇ ਮੰਨੇ ਨੇ, 11 ਅਵਤਾਰ ਸ਼ਿਵਜੀ ਦੇ ਮੰਨੇ ਨੇ, ਪਰ ਦਸੇ ਪਾਤਸ਼ਾਹੀਆਂ ਕੋਈ ਬ੍ਰਹਮਾ ਵਿਸ਼ਨੂੰ ਜਾਂ ਸ਼ਿਵ ਦਾ ਅਵਤਾਰ ਨਹੀਂ ਸੀ। ਦਸੇ ਪਾਤਸ਼ਾਹੀਆਂ ਤਾਂ ਆਪ ਨਰੈਣ ਕਲਾਤਾਰ, ਜਗਮਹਿ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਦਸੇ ਪਾਤਸ਼ਾਹੀਆਂ ਨਿਰੰਕਾਰ ਦਾ ਸਰੂਪ ਸਨ,
ਨਰਾਇਣ ਦਾ ਸਰੂਪ ਸਨ, ਆਪ ਵਾਹਿਗੁਰੂ ਆਏ। ਜਦੋਂ ਸ੍ਰਿਸ਼ਟੀ ਦੀ ਰਚਨਾ ਹੋਈ ਤਾਂ ਵਾਹਿਗੁਰੂ ਜੀ ਨੇ ਦੇਵਤਿਆਂ ਦੇ ਨਾਲ ਵਚਨ ਕੀਤਾ, ਬ੍ਰਹਮਾ ਵਿਸ਼ਨੂੰ ਸ਼ਿਵ ਦੇ ਨਾਲ, ਕਿ ਕਲਯੁਗ ਦੇ ਵਿੱਚ ਮੈਂ 10 ਜਾਮੇ ਧਾਰਨ ਕਰਾਂਗਾ। 2 ਜਾਮਿਆਂ ਦੇ ਵਿੱਚ ਸ਼ਬਦ ਦੇ ਖੰਡੇ ਨਾਲ ਪ੍ਰਤੱਖ ਖੰਡਾ ਫੇਰਾਂਗਾ, 8 ਜਾਮਿਆਂ ਦੇ ਵਿੱਚ ਸ਼ਬਦ ਦਾ ਖੰਡਾ ਫੇਰਾਂਗਾ। ਉਹ 2 ਜਾਮੇ ਕਿਹੜੇ ਸੀਗੇ? 6ਵਾਂ ਜਾਮਾ ਤੇ 10ਵਾਂ ਜਾਮਾ। ਸ਼ਬਦ ਦਾ ਖੰਡਾ ਵੀ ਫੇਰਿਆ ਤੇ ਨਾਲ ਨਾਲ ਦੁਸ਼ਟਾਂ ਨੂੰ ਸੋਧਣ ਵਾਸਤੇ ਪ੍ਰਤੱਖ ਖੰਡਾ ਵੀ ਫੇਰਿਆ। 4 ਘਸਮਾਣ ਦੀਆਂ ਜੰਗਾਂ 6ਵੇਂ ਜਾਮੇ 'ਚ, 14 ਜੰਗਾਂ 10ਵੇਂ ਜਾਮੇ 'ਚ ਗੁਰੂ ਸਾਹਿਬ ਨੇ ਲੜੀਆਂ। ਕਾਹਦੇ ਵਾਸਤੇ? ਜ਼ੁਲਮ ਦੇ ਨਾਸ਼ ਵਾਸਤੇ। ਦੇਵਤਿਆਂ ਦੇ ਨਾਲ ਵਚਨ ਹੋਇਆ, ਬ੍ਰਹਮਾ ਵਿਸ਼ਨੂੰ ਤੇ ਸ਼ਿਵ ਦੇ ਨਾਲ, ਕਿ ਜਦੋਂ ਸ੍ਰਿਸ਼ਟੀ ਦੀ ਰਚਨਾ ਹੋਈ ਕਿ ਕਲਯੁਗ ਦੇ ਵਿੱਚ ਮੈਂ 10 ਜਾਮੇ ਧਾਰਨ ਕਰਾਂਗਾ, 10 ਜਾਮਿਆਂ ਦੇ ਵਿੱਚ ਮੇਰੇ ਵੱਖਰੇ ਵੱਖਰੇ ਨਾਂ ਹੋਣਗੇ, ਵੱਖਰੇ ਵੱਖਰੇ ਥਾਂ ਹੋਣਗੇ, ਪਰ ਜੋਤ ਅਤੇ ਜੁਗਤ ਇੱਕੋ ਹੀ ਹੋਵੇਗੀ। 10 ਜਾਮਿਆਂ ਦੇ ਵਿੱਚ ਇੱਕੋ ਹੀ ਜੋਤ ਕਿਰਿਆ ਕਰ ਰਹੀ ਸੀ ਤੇ ਹੁਣ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹੀ 10 ਪਾਤਸ਼ਾਹੀਆਂ ਦੀ ਆਤਮਕ ਜੋਤ ਆਪਾਂ ਗੁਰੂ ਗ੍ਰੰਥ ਸਾਹਿਬ ਨੂੰ ਕਹਿੰਦੇ ਹਾਂ, ਉਹੀ ਜੋਤ ਹੁਣ ਕਿਰਿਆ ਕਰ ਰਹੀ ਹੈ ਸਾਧ ਸੰਗਤ ਜੀ। ਗੁਰੂ ਅੰਗਦ ਸਾਹਿਬ ਦਾ ਅਵਤਾਰ ਆ ਵਿਸਾਖ ਦੇ ਵਿੱਚ ਹੋਇਆ ਸੀਗਾ। ਕਈ ਇੱਕ ਤਾਂ ਪਾਠ ਪੋਥੀ ਦਰਸ਼ਨ ਗ੍ਰੰਥ ਦੇ ਵਿੱਚ ਤਾਂ ਲਿਖਿਆ ਗਾ ਸੰਨ 1508 ਦੇ ਵਿੱਚ, ਪਰ ਭਾਈ ਕਾਹਨ ਸਿੰਘ ਨਾਭਾ ਨੇ ਲਿਖਿਆ ਮਹਾਨ ਕੋਸ਼ ਦੇ ਵਿੱਚ ਕਿ ਗੁਰੂ ਸਾਹਿਬ ਦਾ ਅਵਤਾਰ ਸੰਨ 1504 ਦੇ ਵਿੱਚ ਹੋਇਆ ਸੀ। ਕੱਲ ਦਾ ਦਿਨ ਵਿਸਾਖ ਦਾ, ਗੁਰੂ ਅੰਗਦ ਸਾਹਿਬ ਦਾ ਅਵਤਾਰ ਸਰਾਏ ਨਾਂਗਾ ਹੋਇਆ। ਸਰਾਏ ਨਾਂਗਾ ਇਹ ਮੁਕਤਸਰ ਦੇ ਨੇੜੇ ਪੈਂਦਾ ਪਿੰਡ। ਪਹਿਲਾਂ ਇਹਦਾ ਨਾਂ ਮੱਤੇ ਦੀ ਸਰਾਂ ਸੀ। ਜਦੋਂ ਗੁਰੂ ਅੰਗਦ ਸਾਹਿਬ ਦਾ ਅਵਤਾਰ ਹੋਇਆ ਮੱਤੇ ਦੀ ਸਰਾਂ, ਗੁਰੂ ਅੰਗਦ ਸਾਹਿਬ ਮਹਾਰਾਜ ਦੇ ਪਿਤਾ ਦਾ ਨਾਂ ਬਾਬਾ ਫੇਰੂ ਮੱਲ ਹੈ, ਮਾਤਾ ਦਾ ਨਾਂ ਦਇਆ ਕੌਰ ਹੈ, ਮਾਤਾ ਸਵਰਾਈ ਵੀ ਕਿਹਾ ਜਾਂਦਾ ਹੈਗਾ। ਗੁਰੂ ਅੰਗਦ ਸਾਹਿਬ ਦਾ ਅਵਤਾਰ ਹੋਇਆ, ਗੁਰੂ ਅੰਗਦ ਸਾਹਿਬ ਦਾ ਜਦੋਂ ਅਵਤਾਰ ਹੋਇਆ, ਪਿਤਾ ਜੀ ਕਈ ਗ੍ਰੰਥਾਂ ਨੇ ਤਾਂ ਲਿਖਿਆ ਹੈ, ਕਈ ਇਤਿਹਾਸਕਾਰਾਂ ਨੇ, ਕਿ ਪਿਤਾ ਜੀ ਵਪਾਰੀ ਸਨ, ਪਿਤਾ ਨੇ ਨਾਂ ਰੱਖ ਦਿੱਤਾ ਭਾਈ ਲਹਿਣਾ ਜੀ। ਜਿਹੜਾ ਅੰਗਦ ਨਾਂ ਮਿਲਿਆ ਗੁਰੂ ਨਾਨਕ ਸਾਹਿਬ ਤੋਂ ਮਿਲਿਆ, ਘਰਦਿਆਂ ਨੇ ਨਾਂ ਭਾਈ ਲਹਿਣਾ ਜੀ ਰੱਖਿਆ ਸੀ ਬਚਪਨ ਦੇ ਵਿੱਚ। ਲਹਿਣਾ ਜੀ, ਲਹਿਣਾ ਜੀ ਦਾ ਸਤ ਸੰਗਤ ਜੀ ਅਵਤਾਰ ਹੋਇਆ, ਘਰੇ ਖੁਸ਼ੀਆਂ ਮੰਗਲਾਚਾਰ, ਮਠਿਆਈਆਂ ਵੰਡੀਆਂ ਗਈਆਂ, ਗਰੀਬਾਂ ਨੂੰ ਮਾਪਿਆਂ ਨੇ ਦਾਨ ਪੁੰਨ ਕੀਤਾ, ਗਰੀਬਾਂ ਨੂੰ ਮਾਤਾ ਪਿਤਾ ਨੇ ਦਾਨ ਪੁੰਨ ਕੀਤਾ, ਦਾਨ ਪੁੰਨ ਖੁਸ਼ੀ ਹੋਈ ਕਿਉਂਕਿ ਗੁਰਬਾਣੀ ਦਾ ਵੀ ਵਚਨ ਹੈ, ਗੋਰੀ ਸੇਤੀ ਟੁੱਟੈ ਪਤਾਰ, ਪੁੱਤੀ ਗੰਢ ਪਵੈ ਸੰਸਾਰ, ਪੁੱਤਰਾਂ ਦੇ ਨਾਲ
ਬੰਸ਼ ਵੱਧਦੀ ਹੈ, ਗੋਰੀ ਸੇਤੀ ਟੁੱਟੈ ਪਤਾਰ, ਪੁੱਤਰਾਂ ਦੇ ਨਾਲ ਗੰਢ ਪੈਂਦੀ ਹੈ। ਗੋਰੀ ਨਾਮ ਇਸਤਰੀ ਦਾ ਹੈ, ਗੋਰੀ ਸੇਤੀ ਦਾ ਅਰਥ ਹੁੰਦਾ ਨਾਲੋਂ, ਪਤਾਰ ਦਾ ਅਰਥ ਹੁੰਦਾ ਪਤੀ। ਜੇ ਪਤੀ ਤੇ ਪਤਨੀ ਦਾ ਕਈ ਵਾਰੀ ਮਨਾਂ 'ਚ ਖਟਾਸ ਆ ਜੇ, ਰਿਸ਼ਤਾ ਟੁੱਟ ਵੀ ਜਾਵੇ, ਤਾਂ ਜਿਹੜਾ ਪੁੱਤਰ ਹੁੰਦਾ ਨਾ, ਪੁੱਤਰ ਮਿਲਾਪ ਕਰਾ ਦਿੰਦਾ। ਮਿਲਾਪ ਕਰਾਉਣ ਵਾਸਤੇ ਪੁੱਤਰ ਸਹਾਇਕ ਸਿੱਧ ਹੁੰਦਾ ਹੈ। ਇਸੇ ਕਰਕੇ ਪੁੱਤੀ ਗੰਢ ਪਵੇ ਸੰਸਾਰ ਦਾ ਅਰਥ ਇਹ ਹੈ ਕਿ ਪੁੱਤਰ ਮਾਤਾ ਪਿਤਾ ਦੇ ਮਿਲਾਪ ਕਰਾਉਣ ਦੇ ਵਿੱਚ ਸਹਾਇਕ ਹੁੰਦਾ। ਤਾਂ ਸਮਾਂ ਆਇਆ, ਉਹ ਸਮੇਂ ਤੇ ਬਾਬਰ ਹਮਲੇ ਕਰਦਾ ਸੀ ਹਿੰਦੁਸਤਾਨ ਤੇ। 1504 ਦਾ ਆਪ ਜੀ ਦਾ ਅਵਤਾਰ ਹੈ। ਸੰਨ 1521 ਦੇ ਵਿੱਚ ਬਾਬਰ ਨੇ ਹਮਲਾ ਕੀਤਾ ਦਿੱਲੀ ਤੇ, ਲੋਧੀ ਬਾਦਸ਼ਾਹ ਨੂੰ ਹਰਾਇਆ, ਦਿੱਲੀ ਤੇ ਕਬਜ਼ਾ ਕਰ ਲਿਆ। ਤਾਂ ਬਾਬਰ ਦੇ ਸਿਪਾਹੀਆਂ ਨੇ ਬੜੀ ਹਿੰਦੁਸਤਾਨ ਦੇ ਵਿੱਚ ਲੁੱਟ ਮਚਾਈ। ਜਿੱਥੇ ਗੁਰੂ ਅੰਗਦ ਸਾਹਿਬ ਦਾ ਅਵਤਾਰ ਹੋਇਆ ਨਾ, ਸਰਾਏ ਨਾਂਗਾ, ਮੱਤੇ ਦੀ ਸਰਾਂ ਜਿਹਨੂੰ ਕਹਿੰਦੇ ਹੈ, ਇਹ ਪਿੰਡ ਵੀ ਉਜਾੜ ਦਿੱਤਾ ਫਿਰ। ਪਰ ਗੁਰੂ ਅੰਗਦ ਸਾਹਿਬ ਦੇ ਪਿਤਾ ਜੀ ਬਾਬਾ ਫੇਰੂ ਮੱਲ ਜੀ ਦੂਰ ਦ੍ਰਿਸ਼ਟੀ ਵਾਲੇ ਸਨ, ਸਿਆਣੇ ਸਨ। ਉਹ ਹਾਲਾਤਾਂ ਨੂੰ ਦੇਖਦੇ ਹੋਏ ਪਿੰਡ ਦੇ ਉਜੜਨ ਤੋਂ ਪਹਿਲਾਂ ਆਪਣੇ ਪਰਿਵਾਰ ਨੂੰ ਲੈ ਕੇ ਹਰੀਕੇ ਪਿੰਡ ਚਲੇ ਗਏ। ਹਰੀਕੇ ਪੱਤਣ ਜਿੱਥੇ ਸਤਲੁਜ ਤੇ ਬਿਆਸਾ ਦਰਿਆ ਮਿਲਦੇ ਹੈ, ਉੱਥੇ ਹਰੀਕੇ ਪੱਤਣ ਹੈ, ਪੱਟੀ ਦੇ ਨੇੜੇ ਪੈਂਦਾ ਹੈ ਹਰੀਕੇ ਪੱਤਣ। ਇਹ ਹਰੀਕੇ ਗੋਤ ਦੇ ਜੱਟਾਂ ਦਾ ਵਸਾਇਆ ਹੋਇਆ ਨਗਰ, ਉੱਥੇ ਚਲੇ ਗਏ। ਉੱਥੋਂ ਫਿਰ ਸਮਾਂ ਪੈਣ ਤੇ, ਕਿਉਂਕਿ ਗੁਰੂ ਅੰਗਦ ਸਾਹਿਬ ਮਹਾਰਾਜ ਦੀ ਭੂਆ ਖੰਡੂਰ ਸਾਹਿਬ ਵਿਆਹੀ ਹੋਈ ਸੀ, ਬੀਬੀ ਬੀਰ ਫਰਾਈ, ਬਾਬਾ ਫੇਰੂ ਮੱਲ ਦੀ ਭੈਣ, ਤੇ ਫਿਰ ਗੁਰੂ ਸਾਹਿਬ ਦੇ ਪਿਤਾ ਜੀ ਉੱਥੋਂ ਸਾਧ ਸੰਗਤ ਜੀ ਫਿਰ ਖੰਡੂਰ ਸਾਹਿਬ ਗਏ ਨੇ ਹਰੀਕੇ ਤੋਂ। ਗੁਰੂ ਅੰਗਦ ਸਾਹਿਬ ਦੀ ਫਿਰ ਸ਼ਾਦੀ ਹੋਈ, ਭਾਈ ਲਹਿਣਾ ਜੀ ਨਾਂ ਹੈ। ਲਹਿਣਾ ਜੀ ਦੀ ਸ਼ਾਦੀ ਕਿਹਦੀ ਹੋਈ, ਕਿਹਦੇ ਨਾਲ ਹੋਈ, ਬੀਬੀ ਖੀਵੀ ਦੇ ਨਾਲ। ਖੰਡੂਰ ਸਾਹਿਬ ਦੇ ਨੇੜੇ ਪਿੰਡ ਪੈਂਦਾ ਸੰਗਰ, ਸੰਗਰ ਪਿੰਡ ਦੇ ਵਿੱਚ ਗੁਰੂ ਅੰਗਦ ਸਾਹਿਬ ਮਹਾਰਾਜ ਵਿਆਹੇ ਹੋਏ ਸੀਗੇ, ਉੱਥੇ ਮਹਾਰਾਜ ਦੀ ਸ਼ਾਦੀ ਹੋਈ ਹੈ। ਸੰਗਰ ਪਿੰਡ ਪੈਂਦਾ ਹੈ, ਉੱਥੇ ਮਹਾਰਾਜ ਦੀ ਸ਼ਾਦੀ ਹੋਈ। ਮਾਤਾ ਖੀਵੀ ਦਾ ਬਹੁਤ ਵੱਡਾ ਯੋਗਦਾਨ ਹੈ ਲੰਗਰ ਦੀ ਸੇਵਾ ਦੇ ਵਿੱਚ, ਬਹੁਤ ਵੱਡਾ ਯੋਗਦਾਨ ਹੈ। ਇੱਥੇ ਗੁਰੂ ਅੰਗਦ ਸਾਹਿਬ ਦੇ ਪਿਤਾ ਬਾਬਾ ਫੇਰੂ ਮੱਲ ਜੀ ਨੇ ਪ੍ਰਚੂਨ ਦੀ ਹੱਟੀ ਪਾਈ। ਪ੍ਰਚੂਨ ਦੀ ਹੱਟੀ ਤੋਂ ਹੌਲੀ ਹੌਲੀ ਵਪਾਰ ਜਿਹੜਾ ਉਹ ਸ਼ੁਰੂ ਕਰ ਲਿਆ, ਵਧੀਆ ਵਪਾਰ ਚੱਲ ਪਿਆ। ਇੱਕ ਗੱਲ ਇੱਥੇ ਧਿਆਨ ਦੇਣ ਯੋਗ ਹੈ,
ਦਸੇ ਪਾਤਸ਼ਾਹੀਆਂ ਦੀ ਜੋਤ ਇੱਕੋ ਹੀ ਸੀ, ਇਹ ਚ ਕੋਈ ਸ਼ੱਕ ਨਹੀਂ। ਪਰ ਗੁਰੂ ਸਾਹਿਬਾਨਾਂ ਨੇ ਅਵਤਾਰ ਉਹਨਾਂ ਘਰਾਂ ਦੇ ਵਿੱਚ ਧਾਰਨ ਕੀਤਾ ਜਿਹੜੇ ਕੋਈ ਪਰਿਵਾਰ ਦੇਵੀ ਨੂੰ ਮੰਨਦਾ ਸੀ, ਕੋਈ ਤੀਰਥ ਯਾਤਰਾ ਤੇ ਜਾਂਦਾ ਸੀ। ਇਹ ਦੱਸਣ ਵਾਸਤੇ ਅਕਾਲ ਪੁਰਖ ਨੇ ਜਾਣ ਬੁੱਝ ਕੇ ਕੌਤਕ ਕਰਿਆ ਕਿ ਕੋਈ ਚਾਹੇ ਦੇਵੀ ਦੇ ਜਾਂਦਾ ਹੋਵੇ, ਚਾਹੇ ਤੀਰਥ ਤੇ ਜਾਂਦਾ ਹੋਵੇ, ਜਿੰਨਾ ਸਮਾਂ ਪੂਰੇ ਗੁਰੂ ਦੀ ਸ਼ਰਨ ਵਿੱਚ ਨਹੀਂ ਆਉਂਦਾ ਉਹਨੂੰ ਸ਼ਾਂਤੀ ਨਹੀਂ ਮਿਲ ਸਕਦੀ। ਇਹ ਅਕਾਲ ਪੁਰਖ ਦਾ ਕੌਤਕ ਸੀ। ਅਕਾਲ ਪੁਰਖ ਨੇ ਤਾਂ ਕਰਕੇ ਬਾਬਾ ਫੇਰੂ ਮੱਲ ਦੇ ਘਰੇ ਦੂਜਾ ਜਾਮਾ ਧਾਰਨ ਕੀਤਾ, ਸੰਸਾਰ ਦੇ ਲੋਕਾਂ ਨੂੰ ਦੱਸਣ ਵਾਸਤੇ ਵੀ ਦੇਵੀ ਦੇਵਤਿਆਂ ਦੇ ਕੋਲੇ ਜਾ ਕੇ ਵੀ ਕੁਝ ਨਹੀਂ ਪ੍ਰਾਪਤ ਹੁੰਦਾ। ਦੇਵੀ ਦੇਵਾ ਪੂਜੀਐ ਭਾਈ, ਕਿਆ ਮੰਗੋ ਕਿਆ ਦੇ। ਸਾਧ ਸੰਗਤ, ਮਹਾਰਾਜ ਨੇ ਜਿਹੜਾ ਦੂਜਾ ਜਾਮਾ ਉਹ ਦੇਵੀ ਦੇ ਜਾਂਦੇ ਸੀਗੇ ਮਹਾਰਾਜ ਦੇ ਪਿਤਾ ਜੀ। ਹੁਣ ਜਿੱਥੇ ਪਿਤਾ ਜਾਂਦਾ ਹੋਵੇ ਔਲਾਦ ਨੂੰ ਮਗਰ ਜਾਣਾ ਪੈਂਦਾ, ਆਪਣੇ ਪਰਿਵਾਰ ਨੂੰ ਲੈ ਕੇ ਭਾਈ ਲਹਿਣਾ ਜੀ ਨੂੰ ਵੀ ਨਾਲ ਲੈ ਜਾਇਆ ਕਰਦੇ ਪਿਤਾ ਜੀ ਵਾਸਤੇ ਵੀ ਜਿੱਥੇ ਮਰਜ਼ੀ ਭਟਕ ਲਓ, ਜਿੰਨਾ ਸਮਾਂ ਪੂਰੇ ਗੁਰੂ ਦੀ ਸ਼ਰਨ 'ਚ ਨਹੀਂ ਜਾਓਗੇ ਸ਼ਾਂਤੀ ਨਹੀਂ ਮਿਲੇਗੀ। ਇਹ ਕੌਤਕ ਕੀਤਾ ਅਕਾਲ ਪੁਰਖ ਨੇ ਜਾਣ ਬੁੱਝ ਕੇ। ਹੁਣ ਤੀਸਰੇ ਪਾਤਸ਼ਾਹ ਨੇ ਉਹਨਾਂ ਦੇ ਘਰੇ ਅਵਤਾਰ ਧਾਰਨ ਕਰਿਆ ਜਿਹੜੇ ਤੀਰਥ ਯਾਤਰਾ ਤੇ ਜਾਂਦੇ ਸੀ। ਮਹਾਰਾਜ ਤੀਸਰੇ ਪਾਤਸ਼ਾਹ ਵੀ ਗੰਗਾ ਤੇ ਨਹਾਉਣ ਜਾਂਦੇ ਰਹੇ, ਫਿਰ ਬਾਅਦ 'ਚ ਗੁਰੂ ਅੰਗਦ ਸਾਹਿਬ ਦੀ ਸ਼ਰਨ 'ਚ ਆਏ। ਇਹ ਦੱਸਿਆ ਸੰਸਾਰ ਦੇ ਲੋਕਾਂ ਨੂੰ ਵੀ ਤੀਰਥ ਨਹਾਵਣ ਜਾਓ, ਤੀਰਥ ਨਾਮ ਹੈ, ਅੰਤਰ ਸ਼ਬਦ ਵਿਚਾਰ ਤੀਰਥ ਗਿਆਨ ਹੈ ਕਿ ਨਾਮ ਹੀ ਵੱਡਾ ਤੀਰਥ ਹੈ। ਇਹ ਦੱਸਣ ਵਾਸਤੇ ਮਹਾਰਾਜ ਨੇ ਕੌਤਕ ਰਚਿਆ ਤੀਜੇ ਜਾਮੇ 'ਚ। ਇਹ ਨਹੀਂ ਕਿ ਗੁਰੂ ਨੂੰ ਪਤਾ ਨਹੀਂ ਸੀ, ਇਹ ਅਕਾਲ ਪੁਰਖ ਦਾ ਕੌਤਕ ਸੀਗਾ। ਹੁਣ ਦੂਸਰੇ ਜਾਮੇ 'ਚ ਅਕਾਲ ਪੁਰਖ ਨੇ ਉਹਨਾਂ ਦੇ ਘਰੇ ਅਵਤਾਰ ਧਾਰਿਆ ਜਿਹੜੇ ਦੇਵੀ ਦੇ ਉਪਾਸ਼ਕ ਸੀਗੇ। ਹੁਣ ਜਦੋਂ ਬਾਬਾ ਫੇਰੂ ਮੱਲ ਜੀ ਚੜ੍ਹਾਈ ਕਰ ਗਏ ਤਾਂ ਭਾਈ ਲਹਿਣਾ ਜੀ ਯਾਤਰਾ ਲੈ ਕੇ ਜਾਂਦੇ ਹਨ। ਇੱਕ ਦਿਨ ਕੀ ਹੋਇਆ, ਘਰੇ ਜਗਰਾਤੇ ਦਾ ਪ੍ਰੋਗਰਾਮ ਰੱਖ ਲਿਆ, ਜਿਵੇਂ ਅੱਜ ਕੱਲ੍ਹ ਜਗਰਾਤੇ ਹੁੰਦੇ ਨੇ। ਭਗਤ ਆਏ, ਦੇਵੀ ਦੇ ਭੇਟਾ ਗਾਈਆਂ, ਆ ਦੇਖਿਆ ਜਗਰਾਤਿਆਂ 'ਚ ਕਿਵੇਂ ਨੱਚਦੇ ਟੱਪਦੇ ਹੁੰਦੇ ਨੇ, ਨਿਰਤਕਾਰੀ ਕੀਤੀ। ਭਾਈ ਲਹਿਣਾ ਜੀ ਵੀ ਬੈਠੇ ਹਨ, ਖੱਤਰੀ ਜਾਤ ਦੇ ਵਿੱਚ ਮਹਾਰਾਜ ਦਾ ਅਵਤਾਰ ਹੋਇਆ। ਬਾਬਾ ਫੇਰੂ ਮੱਲ ਜੀ ਖੱਤਰੀ ਸਨ। ਫੇਰੂ ਮੱਲ ਜੀ ਖੱਤਰੀ ਸਨ। ਸਤ ਸੰਗਤ ਜੀ, ਖੱਤਰੀਆਂ ਦੇ ਘਰੇ ਆਪ ਜੀ ਦਾ ਅਵਤਾਰ ਹੋਇਆ। ਸਾਰੀ ਰਾਤ ਜਗਰਾਤਾ ਹੁੰਦਾ ਰਿਹਾ, ਰਾਤ ਦਾ ਚੌਥਾ ਪਹਿਰ ਆ ਗਿਆ, ਜਗਰਾਤਾ ਸਮਾਪਤ ਹੋਇਆ। ਭਗਤ ਜਿਹੜੇ ਸੀ ਮਾਤਾ ਦੀਆਂ ਭੇਟਾਂ ਗਾ ਕੇ ਨੱਚ ਟੱਪ ਕੇ ਆਪਣੇ ਘਰਾਂ ਨੂੰ ਤੁਰ ਗਏ। ਭਾਈ ਲਹਿਣਾ ਜੀ ਨੇ ਸੋਚਿਆ ਵੀ ਹੁਣ ਆਰਾਮ ਨਹੀਂ ਕਰਨਾ, ਜਾ ਕੇ ਇਸ਼ਨਾਨ ਕਰੀਏ, ਰਾਤ ਦਾ ਚੌਥਾ ਪਹਿਰ ਹੈ। ਪਹਿਲੇ ਸਮਿਆਂ 'ਚ ਨਲਕੇ ਨਹੀਂ ਸੀ ਹੁੰਦੇ, ਟੂਟੀਆਂ ਨਹੀਂ ਸੀ ਹੁੰਦੀਆਂ, ਖੂਹਾਂ 'ਚ ਪਾਣੀ ਹੁੰਦਾ ਜਾਂ ਕਿਤੇ ਸ਼ੰਭ ਬਣੇ ਹੁੰਦੇ, ਬਾਰਿਸ਼ ਦਾ ਪਾਣੀ ਉੱਥੇ ਇਕੱਠਾ ਹੋ ਜਾਂਦਾ, ਉਹਦੇ ਵਿੱਚ ਲੋਕ ਨਹਾਇਆ ਕਰਦੇ। ਉੱਥੇ ਇੱਕ ਸ਼ੰਭ ਬਣਿਆ ਹੋਇਆ ਸੀ, ਉਹਦੇ 'ਚ ਬਾਰਿਸ਼ ਦਾ ਪਾਣੀ ਇਕੱਠਾ ਹੋਇਆ ਹੋਇਆ, ਉੱਥੇ ਗਏ ਹੈ ਇਸ਼ਨਾਨ ਕਰਨ। ਤਾਂ ਮਹਾਰਾਜ ਤੋਂ ਪਹਿਲਾਂ ਉਸੇ ਨਗਰ ਦੇ ਖੰਡੂਰ ਪਿੰਡ ਦੇ ਇੱਕ ਗੁਰਮੁਖ ਪਿਆਰੀ ਰੂਹ
ਇਸ਼ਨਾਨ ਕਰਕੇ ਸਮਾਧੀ ਚ ਬੈਠੀ ਜਾਪ ਕਰ ਰਹੀ ਹੈ ਬਾਣੀ ਦਾ, ਜਪ ਜੀ ਦਾ ਪਾਠ ਕਰ ਰਹੀ ਹੈ ਗੁਰਮੁਖ ਪਿਆਰੀ ਰੂਹ, ਉਹ ਕੌਣ ਹੈ? ਭਾਈ ਜੋਧ ਜੀ। ਭਾਈ ਜੋਧ ਗੁਰੂ ਨਾਨਕ ਦੇ ਸਿੱਖ। ਜਦੋਂ ਇਹ ਮਿੱਠੀ ਬਾਣੀ ਦੀ ਆਵਾਜ਼ ਭਾਈ ਲਹਿਣਾ ਜੀ ਦੇ ਕੰਨਾਂ ਚ ਪਈ, ਰਸ ਆ ਗਿਆ, ਆਨੰਦ ਆ ਗਿਆ। ਮਨ ਚ ਸੋਚਦੇ ਨੇ ਵੀ ਸਾਰੀ ਰਾਤ ਜਗਰਾਤਾ ਹੁੰਦਾ ਰਿਹਾ, ਭਗਤ ਭੇਟਾ ਗਾਉਂਦੇ ਰਹੇ, ਇੰਨਾ ਆਨੰਦ ਤਾਂ ਭੇਟਾ ਚ ਨਹੀਂ ਆਇਆ। ਸਾਰੀ ਰਾਤ ਨੱਚਦੇ ਟੱਪਦੇ ਰਹੇ, ਇੰਨਾ ਆਨੰਦ ਕਦੇ ਜ਼ਿੰਦਗੀ ਚ ਨਹੀਂ ਆਇਆ। ਭਾਈ ਜੋਧ ਜੀ ਨੂੰ ਕਹਿਣ ਲੱਗੇ, ਭਾਈ ਜੋਧ ਜੀ, ਤੁਸੀਂ ਤਾਂ ਅੱਜ ਮੈਨੂੰ ਇੱਕ ਰਸ ਨਾਲ ਭਰ ਦਿੱਤਾ, ਮੈਨੂੰ ਰਸ ਆ ਗਿਆ, ਇਹ ਤੁਸੀਂ ਕਿਹਦੀ ਬਾਣੀ ਪੜ੍ਹ ਰਹੇ ਹੋ? ਬੜੀ ਮਿਠਾਸ ਹੈ ਇਸ ਬਾਣੀ ਚ। ਭਾਈ ਜੋਧ ਜੀ ਕਹਿਣ ਲੱਗੇ, ਇਹ ਬਾਣੀ ਉੱਪਰੋਂ ਆਈ ਹੈ, ਦਰਗਾਹ ਚੋਂ। ਕਹਿੰਦੇ, ਬਾਣੀ ਕਿਹਦੇ ਦੁਆਰਾ ਆਈ ਹੈ, ਕੌਣ ਲੈ ਕੇ ਆਇਆ ਬਾਣੀ? ਭਾਈ ਜੋਧ ਜੀ ਕਹਿੰਦੇ, ਉਹ ਵੀ ਦਰਗਾਹੀ ਪੁਰਸ਼ ਹੈ, ਉਹ ਵੀ ਉੱਪਰੋਂ ਹੀ ਆਇਆ, ਧੁਰੋਂ ਆਇਆ, ਧੁਰ ਕੀ ਬਾਣੀ ਆਈ, ਤਿੰਨ ਸਗਲੀ ਚਿੰਤ ਮਟਾਈ। ਉਹ ਜਿਹੜੀ ਰੱਬ ਦਾ ਮਲਾਪ ਕਰਾਵੇ, ਸੱਚੀ ਬਾਣੀ ਸਤ ਗੁਰਾਂ ਦੀ, ਜਿਹੜੀ ਰੱਬ ਦਾ ਮਲਾਪ ਕਰਾਵੇ, ਮਿੱਠੀ ਬਾਣੀ ਸਤ ਗੁਰਾਂ ਦੀ, ਜਿਹੜੀ ਰੱਬ ਦਾ ਮਲਾਪ ਕਰਾਵੇ, ਮਿੱਠੀ ਬਾਣੀ ਸਤ ਗੁਰਾਂ, ਰੱਬ ਦਾ ਮਲਾਪ ਕਰਾਵੇ, ਉਹ ਮਲਾਪ ਕਰਾਵੇ ਜੀ, ਮਿੱਠੀ ਬਾਣੀ ਸਾਧੂਆਂ ਦੀ, ਜਿਹੜੀ ਰੱਬ ਦਾ ਮਲਾਪ ਕਰਾਵੇ, ਮਿੱਠੀ ਬਾਣੀ ਸਤਿਗੁਰਾਂ ਦੀ, ਰੱਬ ਮਲਾਪ ਕਰਾਵੇ, ਕੀ ਬਾਣੀ ਆਈ, ਤਿੰਨ ਸਗਲੀ ਚਿੰਤ ਮਟਾਈ। ਇਹ ਧੁਰ ਕੀ ਬਾਣੀ ਹੈ, ਜਿਹੜਾ ਇਹਨੂੰ ਪੜੂਗਾ ਉਹਦੀ ਹਰ ਇੱਛਾ ਪੂਰੀ ਹੋਊ, ਸਾਰੀ ਚਿੰਤਾ ਖਤਮ ਹੋ ਜਾਊਗੀ। ਬਾਣੀ ਚ ਐਡੀ ਤਾਕਤ ਹੈ ਸਾਧ ਸੰਗਤ ਜੀ। ਭਾਈ ਲਹਿਣਾ ਜੀ ਕਹਿੰਦੇ, ਰਸ ਆ ਗਿਆ ਮੈਨੂੰ, ਇੰਨਾ ਰਸ ਤਾਂ ਨਾ ਦੇਵੀ ਦੀਆਂ ਭੇਟਾਂ ਗਾਉਂਦਾ ਆਇਆ,
ਬੜੀਆਂ ਭੇਟਾਂ ਦੇਵੀ ਦੀਆਂ ਗਾਈਆਂ, ਕਦੇ ਰਸ ਨਹੀਂ ਆਇਆ, ਕਿਉਂਕਿ ਗੁਰਬਾਣੀ ਜਿੰਨਾ ਰਸ ਕਿਤੇ ਹੈ ਹੀ ਨਹੀਂ। ਕਹਿਣ ਲੱਗੇ ਗੁਰੂ ਨਾਨਕ ਦੀ ਬਾਣੀ ਹੈ ਹੁਣ ਭਾਈ ਲਹਿਣਾ ਜੀ, ਕਿਉਂਕਿ ਗੁਰੂ ਅੰਗਦ ਤਾਂ ਗੁਰੂ ਨਾਨਕ ਦੇਵ ਨੇ ਬਣਾਇਆ ਨਾ, ਘਰਦਿਆਂ ਨੇ ਤਾਂ ਨੌ ਭਾਈ ਲਹਿਣਾ ਰੱਖਿਆ ਸੀ। ਕੱਲ੍ਹ ਨੂੰ ਅਵਤਾਰ ਦਿਹਾੜਾ ਮਹਾਰਾਜ ਦਾ, ਗੁਰੂ ਅੰਗਦ ਸਾਹਿਬ ਦਾ, ਦੂਸਰੇ ਪਾਤਸ਼ਾਹ ਦਾ। ਕਹਿਣ ਲੱਗੇ ਫਿਰ ਮੈਨੂੰ ਉਹਨਾਂ ਦੇ ਬਾਰੇ ਦੱਸ ਪਾਓ, ਕਿੱਥੇ ਰਹਿੰਦੇ ਆ ਉਹ ਰੱਬੀ ਪੁਰਸ਼, ਉਹ ਨਿਰੰਕਾਰ ਕਿੱਥੇ ਵੱਸਦਾ। ਗੁਰੂ ਅਰਜਨ ਸਾਹਿਬ ਨੇ ਆਪਣੀ ਬਾਣੀ ਚ ਕਿਹਾ, ਕਰਤਾਰਪੁਰ ਕਰਤਾ ਵਸੈ ਸੰਤਨ ਕੇ ਪਾਸ। ਇਹਦੇ ਦੋ ਅਰਥ ਨੇ, ਇੱਕ ਤਾਂ ਬਾਹਜ ਅਰਥ ਹੈ, ਬਾਹਜ ਅਰਥ ਤਾਂ ਇਹ ਆ ਵੀ ਕਰਤਾਰਪੁਰ ਰਹਿੰਦੇ ਨੇ, ਜਿਹੜੇ ਕਰਤਾਰਪੁਰ ਦਾ ਹੁਣ ਨਾਂਗਾ ਖੁੱਲ ਰਿਹਾ ਸਾਧ ਸੰਗਤ ਜੀ, ਪਾਕਿਸਤਾਨ ਦੇ ਵਿੱਚ ਪੈਂਦਾ, ਸੰਗਤਾਂ ਦੀਆਂ ਅਰਦਾਸਾਂ ਕਿ ਸਾਨੂੰ ਵਿਛੜੇ ਗੁਰਧਾਮਾਂ ਦੇ ਦਰਸ਼ਨ ਕਰਾਓ, ਉਹ ਅਰਦਾਸਾਂ ਪੂਰੀਆਂ ਹੋ ਗਈਆਂ ਆਪਣੀਆਂ, ਉਹ ਨਾਂਗਾ ਖੁੱਲ ਰਿਹਾ ਹੁਣ, ਸਰਕਾਰਾਂ ਖੋਲ ਰਹੀਆਂ ਨੇ। ਪਾਕਿਸਤਾਨ ਸਰਕਾਰ ਦਾ ਬਹੁਤ ਚੰਗਾ ਕਦਮ ਹੈ, ਹਿੰਦੁਸਤਾਨ ਦੀ ਸਰਕਾਰ ਦਾ ਵੀ ਚੰਗਾ ਕਦਮ ਹੈ। ਜਿਹੜਾ ਕੰਮ ਚੰਗਾ ਕੀਤਾ ਕਿਸੇ ਨੇ ਉਹਨੂੰ ਚੰਗਾ ਕਹਿਣਾ ਚਾਹੀਦਾ। ਨਵਜੋਤ ਸਿੰਘ ਸਿੱਧੂ ਉਹਨਾਂ ਦਾ ਵੀ ਚੰਗਾ ਉਪਰਾਲਾ ਹੈ। ਇਸ ਕਰਕੇ ਆਓ ਤਾਂ ਫਿਰ ਕਹਿਣ ਲੱਗੇ ਮੇਰਾ ਮਨ ਬਣ ਗਿਆ, ਜਦੋਂ ਮੈਂ ਹੁਣ ਦੇਵੀ ਦੀ ਯਾਤਰਾ ਲੈ ਕੇ ਜਾਵਾਂਗਾ, ਮੈਂ ਉਹਨਾਂ ਦੇ ਦਰਸ਼ਨ ਕਰੇ ਬਿਨਾਂ ਨਹੀਂ ਲੰਘਾਂਗਾ। ਕਰਤਾਰਪੁਰ ਮਹਾਰਾਜ ਨੇ 12 ਸਾਲ ਖੇਤੀ ਕੀਤੀ ਹੈ, ਆਪਣੀ ਜ਼ਿੰਦਗੀ ਦਾ ਅਖੀਰਲਾ ਸਮਾਂ ਕਰਤਾਰਪੁਰ ਲੰਘਾਇਆ। ਇਹਦੇ ਅੰਤਰੀਵ ਅਰਥ ਇਹ ਨੇ ਵੀ ਜਿਹੜਾ ਕਰਤਾਰਪੁਰ ਕਰਤਾ ਵਸੈ ਸੰਤਨ ਕੇ ਪਾਸ, ਜਿਹੜਾ ਕਰਤਾ ਪੁਰਖ ਹੈ ਉਹ ਸੰਤਾਂ ਦੇ ਕੋਲੇ ਵੱਸਦਾ, ਬਾਬਾ ਬੁੱਢਾ ਜੀ ਜੈਸੇ ਸੰਤ ਉੱਥੇ ਰਹਿੰਦੇ ਸੀ, ਉਹਨਾਂ ਦੇ ਕੋਲੇ ਉਹ ਕਰਤਾ ਗੁਰੂ ਨਾਨਕ ਪੁਰਖ ਵੱਸ ਰਿਹਾ। ਸੱਚਮੁੱਚ ਜਿਹੜੇ ਬੰਦਗੀ ਕਰਦੇ ਆ ਨਾ, ਰੱਬ ਉਹਨਾਂ ਦੀ ਬੁੱਕਲ 'ਚ ਵੱਸਦਾ। ਅੱਜ ਵੀ ਜਿਹੜੇ ਪਾਠ ਕਰਦੇ ਆ, ਅੰਮ੍ਰਿਤ ਵੇਲੇ ਜਾਗ ਕੇ ਪਾਠ ਕਰਨਾ, ਸ਼ਾਮ ਨੂੰ ਪਾਠ ਕਰਨਾ, ਪਰਮਾਤਮਾ ਉਹਨਾਂ ਦੇ ਸਦਾ ਹੀ ਅੰਗ ਸੰਗ ਹੈ। ਜੋ ਮਨ 'ਚ ਇੱਛਾ ਕਰਦੇ ਨੇ ਉਹਨਾਂ ਦੀ ਇੱਛਾ ਪੂਰੀ ਹੁੰਦੀ ਹੈ। ਆ ਮੁਕਤੀਆਂ ਦੀ ਕੀ ਗੱਲ ਕਰਦੇ ਹੋ, ਮੁਕਤੀਆਂ ਤਾਂ ਨਾਮ ਜਪਣ ਵਾਲੇ ਦੇ ਪਿੱਛੇ ਤੁਰੀਆਂ ਫਿਰਦੀਆਂ ਨੇ ਸਾਧ ਸੰਗਤ ਜੀ। ਆਓ ਵਿਚਾਰ ਤੇ, ਕਹਿੰਦੇ ਐਤਕੀ ਦਰਸ਼ਨ ਕਰੇ ਬਿਨਾਂ ਨਹੀਂ ਲੰਘਣਾ। ਯਾਤਰਾ ਲੈ ਕੇ ਗਏ ਭਾਈ ਲਹਿਣਾ ਜੀ, ਯਾਤਰਾ ਜਥੇ ਦੇ ਮੁਖੀ ਨੇ, ਜਥੇ ਦੇ ਕਮਾਂਡਰ ਨੇ। ਜਦੋਂ ਜਥੇ ਰਾਤ ਪੈ ਗਈ, ਕਰਤਾਰਪੁਰ ਪਹੁੰਚ ਗਏ, ਆਪਣੇ ਜਥੇ ਦੇ ਸਾਥੀਆਂ ਨੂੰ ਕਹਿਣ ਲੱਗੇ, ਤੁਸੀਂ ਇੱਥੇ ਆਰਾਮ ਕਰੋ, ਮੈਂ ਜਰਾ ਆਇਆ, ਮੈਂ ਕਿਸੇ ਨੂੰ ਮਿਲ ਕੇ ਆਉਣਾ ਹੈ। ਅੰਦਰ ਖਿੱਚ ਹੈ ਦਰਸ਼ਨਾਂ ਦੀ, ਕਾਂਖੀ ਇੱਕ ਹੈ ਦਰਸ਼ਤ ਹਾਰੋ, ਨਾਨਕ ਉਨ ਸੰਗ ਮੋਹੈ ਉਧਾਰੋ। ਗੁਰੂ ਅਰਜਨ ਸਾਹਿਬ ਪਾਤਸ਼ਾਹ ਕਹਿੰਦੇ ਨੇ, ਹੇ ਪਰਮੇਸ਼ਰ, ਕਾਂਖੀ ਦਾ ਅਰਥ ਹੁੰਦਾ ਇੱਛਾ, ਜਿਨ੍ਹਾਂ ਨੂੰ ਤੇਰੇ ਦਰਸ਼ਨਾਂ ਦੀ ਇੱਛਾ ਹੈ ਉਹਨਾਂ ਦੇ ਨਾਲ ਮੈਨੂੰ ਮਿਲਾ ਦੇ, ਉਹਨਾਂ ਦੀ ਸੰਗਤ ਮੈਨੂੰ ਹੋ ਜਾਵੇ। ਅਰਦਾਸ ਕਰਦੇ ਹਾਂ ਰੋਜ਼ਾਨਾ, ਸੇਈ ਪਿਆਰੇ ਮੇਲ ਜਿਨ ਮਿਲਿਆ ਤੇਰਾ ਨਾਮ ਚਿਤਾਵੈ, ਕਿ ਉਹਨਾਂ ਪਿਆਰਿਆਂ ਨੂੰ ਮਿਲਾ ਜਿਨ੍ਹਾਂ ਨੂੰ ਮਿਲ ਕੇ ਤੇਰਾ ਨਾਮ ਚਿਤਾਵੇ। ਰੋਜ਼ਾਨਾ ਅਰਦਾਸ ਵਿੱਚ ਕਹਿਣੇ ਆ, ਉਹਨਾਂ ਨੂੰ ਨਾਮ ਲਾਈ ਜਿਹੜੇ ਤੇਰੇ ਨਾਮ ਨਾਲੋਂ ਤੋੜ ਦੇਣਗੇ।
ਸਹੀ ਪਿਆਰੇ ਮੇਲ ਜਿਨ ਮਿਲਿਆ ਤੇਰਾ ਨਾਮ ਚਿਤਾਵੈ। ਰੋਜ਼ਾਨਾ ਅਰਦਾਸ ਵਿੱਚ ਕਹਿੰਦੇ ਆ। ਭਾਈ ਲਹਿਣਾ ਜੀ ਕਹਿੰਦੇ ਮੈਂ ਕਿਸੇ ਨੂੰ ਮਿਲ ਕੇ ਆਉਣਾ, ਮੇਰੇ ਅੰਦਰ ਅੱਜ ਖਿੱਚ ਹੈ। ਸ਼੍ਰੀ ਨਾਨਕ, ਸ਼੍ਰੀ ਨਾਨਕ ਮੂੰਹੋਂ ਨਿਕਲਦਾ ਨਾਨਕ ਸ਼ਬਦ ਦਾ ਅਰਥ ਹੈ ਜਿਹੜਾ ਕਦੇ ਨਾ ਅੱਕੇ ਤੇ ਨਾ ਕਦੇ ਥੱਕੇ, ਉਹਨੂੰ ਕਹਿੰਦੇ ਨੇ ਨਾਨਕ। ਇਹ ਨਾਨਕ ਸ਼ਬਦ ਦੇ ਅਰਥ ਨੇ। ਨਾਨਕ, ਨਾ ਅੱਕਣ ਵਾਲਾ ਨਾ ਥੱਕਣ ਵਾਲਾ ਗੁਰੂ ਨਾਨਕ ਮਹਾਰਾਜ, ਨਾ ਅੱਕੇ ਨਾ ਥੱਕੇ। ਉਹ ਦੁਨੀਆਂ ਸਾਧ ਸੰਗਤ ਤਾਰਤੀ ਮਹਾਰਾਜ ਨੇ। ਬਾਬੇ ਤਾਰੇ ਚਾਰ ਚੱਕ ਨੌ ਖੰਡ ਪ੍ਰਿਥਵੀ ਸੱਚਾ ਢੋਆ, ਗੁਰਮੁਖ ਕਲ ਵਿੱਚ ਪ੍ਰਗਟ ਹੋਆ। ਦੂਰ ਦੂਰ ਗਏ ਗੁਰੂ ਨਾਨਕ, ਕਹਿਣ ਲੱਗੇ ਮੈਂ ਜਾਣਾ। ਹੁਣ ਚੱਲ ਪਏ ਘੋੜੀ ਤੇ ਅਸਵਾਰ ਹੋ ਕੇ ਅੱਗੇ ਗੁਰੂ ਨਾਨਕ ਅੰਤਰ ਜਾਮੀ। ਗੁਰੂ ਨਾਨਕ ਨੂੰ ਪਤਾ ਸੀ ਕਿ ਜਿਹੜੇ ਅੱਜ ਮੈਨੂੰ ਮਿਲਣ ਆ ਰਹੇ ਨੇ, ਸਾਡੇ ਤੋਂ ਬਾਅਦ ਗੁਰੂ ਤਾਂ ਗੱਦੀ ਦੀ ਜ਼ਿੰਮੇਵਾਰੀ ਉਹਨਾਂ ਨੇ ਸੰਭਾਲਣੀ ਹੈ। ਸਾਡੀ ਡਿਊਟੀ ਹੈ ਉਹਨਾਂ ਨੂੰ ਰਾਹ ਦੱਸਣ ਦੀ, ਭਾਵੇਂ ਦੁਨਿਆਵੀ ਰਸਤਾ ਹੋਵੇ ਚਾਹੇ ਪਰਮਾਰਥ ਦਾ ਰਸਤਾ ਹੋਵੇ, ਗੁਰੂ ਇਹ ਦੱਸ ਸਕਦਾ ਸਿੱਧਾ ਰਾਹ। ਹੁਣ ਗੁਰੂ ਨਾਨਕ ਆਪ ਉਹਨਾਂ ਨੂੰ ਲੈਣ ਵਾਸਤੇ ਘਰੋਂ ਚੱਲ ਪਏ। ਦੇਖੋ ਗੁਰੂ ਅੰਤਰਜਾਮੀ ਹੈ, ਗੁਰੂ ਨੂੰ ਪਤਾ ਸੀ ਵੀ ਸਾਡਾ ਪਿਆਰਾ ਆ ਰਿਹਾ। ਭਾਈ ਗੁਰਦਾਸ ਕਹਿੰਦੇ ਨੇ, ਕਹਿੰਦੇ ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਗੁਰੂ ਜਿਹੜਾ ਨਾ, ਜੇ ਆਪਾਂ ਗੁਰੂ ਵੱਲ ਇੱਕ ਕਦਮ ਪੱਟਾਂਗੇ, ਗੁਰੂ ਅੱਜ ਵੀ ਜਾਗਦਾ, ਗੁਰੂ ਅੱਜ ਵੀ ਜਿਉਂਦਾ, ਤਾਂ ਗੁਰੂ ਸੌ ਕਦਮ ਅੱਗੇ ਲੈਣ ਜਾਂਦਾ ਸਿੱਖ ਨੂੰ। ਇੱਕ ਵਾਰੀ ਸ਼ਰਧਾ ਨਾਲ ਘਰੋਂ ਤੁਰ ਪੋ, ਜੇ ਰਸਤੇ 'ਚ ਕੋਈ ਵਿਘਨ ਵੀ ਪੈਣਾ ਤਾਂ ਵਿਘਨ ਵੀ ਕੱਟ ਦੂਗਾ ਗੁਰੂ, ਤੁਸੀਂ ਦੀਵਾਨ ਵਿੱਚ ਪਹੁੰਚੇ ਜਾਓਗੇ, ਗੁਰੂ ਦੀ ਸੰਗਤ ਵਿੱਚ ਪਹੁੰਚੇ ਜਾਓਗੇ, ਜੇ ਅੰਦਰ ਭਰੋਸਾ ਹੋਊਗਾ, ਸ਼ਰਧਾ ਹੋਊਗੀ। ਵੱਡੇ ਵੱਡੇ ਵਿਘਨ ਗੁਰੂ ਕੱਟਦਾ ਹੈ। ਸਾਧ ਸੰਗਤ ਜੀ, ਗੁਰੂ ਨਾਨਕ ਆਪ ਲੈਣ ਆਏ ਨੇ। ਹੁਣ ਭਾਈ ਲਹਿਣਾ ਜੀ ਨੇ ਦਰਸ਼ਨ ਤਾਂ ਕੀਤੇ ਨਹੀਂ ਸੀ। ਭਾਈ ਲਹਿਣਾ ਜੀ ਨੇ ਦੇਖਿਆ ਕੋਈ ਸ਼ਾਂਤੀ ਵਾਲਾ ਪੁਰਖ ਖੜਾ, ਜਿਨ੍ਹਾਂ ਦੇ ਚਿਹਰੇ ਤੋਂ ਸ਼ਾਂਤੀ ਏ ਸ਼ਾਂਤੀ ਝਰਦੀ ਹੈ। ਇਹ ਨਿਸ਼ਾਨੀ ਸਾਧਕੀ ਜਿੱਤ ਭੇੜਤ ਕਰੀਏ, ਜਿਸ ਮਹਾਂਪੁਰਸ਼ ਦੇ ਚਿਹਰੇ ਤੋਂ ਸ਼ਾਂਤੀ ਝਰਦੀ ਹੋਵੇ, ਜਿਸ ਮਹਾਂਪੁਰਖ ਦੇ ਚਿਹਰੇ ਦੇ ਦਰਸ਼ਨ ਕਰਕੇ ਨਾਮ 'ਚ ਸੁਰਤ ਜੁੜ ਜਾਵੇ, ਉਹ ਮਹਾਂਪੁਰਸ਼ ਪੂਰਨ ਮਹਾਂਪੁਰਸ਼ ਹੋਇਆ ਕਰਦਾ। ਗੁਰੂ ਤਾਂ ਸੁਪਰੀਮ ਪਾਵਰ ਹੈ, ਗੁਰੂ ਤਾਂ ਮਹਾਂਪੁਰਖ ਬਣਾਉਣ ਵਾਲਾ ਹੈ। ਜਿਹਦੇ ਤੇ ਗੁਰੂ ਨੇ ਕਿਰਪਾ ਕੀਤੀ ਉਹਨੂੰ ਸੰਤ ਬਣਾ ਦਿੱਤਾ, ਮਹਾਂਪੁਰਖ ਬਣਾ ਦਿੱਤਾ, ਅੰਮ੍ਰਿਤ ਦ੍ਰਿਸ਼ਟ ਪੇਖੇ ਹੋਏ ਸੰਤ। ਤਾਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਤੋਂ ਰਾਹ ਪੁੱਛ ਲਿਆ ਭਾਈ ਲਹਿਣਾ ਜੀ ਨੇ। ਕਹਿੰਦੇ ਪੁਰਖਾ, ਮੈਂ ਨਾਨਕ ਜੀ ਦੀ ਧਰਮਸ਼ਾਲਾ 'ਚ ਜਾਣਾ। ਗੁਰੂ ਨਾਨਕ ਜਿਹੜੇ ਨੇ ਨਾ, ਉਹਨਾਂ ਦੇ ਘਰੇ ਜਾਣਾ ਮੈਂ, ਤੇ ਮੈਨੂੰ ਰਸਤਾ ਦੱਸ ਦਿਓ, ਕਿਰਪਾ ਕਰੋ ਮੇਰੇ ਤੇ ਬਜ਼ੁਰਗੋ। ਗੁਰੂ, ਇਹ ਸੰਨ 1531 ਦੀ ਗੱਲ ਹੈ। ਗੁਰੂ ਨਾਨਕ ਪਾਤਸ਼ਾਹ ਹੱਸ ਪਏ, ਕਹਿੰਦੇ ਆ ਜਾ ਭਾਈ ਸਾਡੇ ਪਿੱਛੇ ਪਿੱਛੇ ਆ ਜਾ, ਅਸੀਂ ਅੱਗੇ ਅੱਗੇ ਤੁਰਦੇ ਹਾਂ, ਜਿੱਥੇ ਅਸੀਂ ਜਾ ਕੇ ਰੁਕਾਂਗੇ ਉੱਥੇ ਸਮਝ ਲਈ ਗੁਰੂ ਨਾਨਕ ਦੀ ਧਰਮਸ਼ਾਲਾ ਆ ਗਈ ਹੈ। ਅੱਜ ਗੁਰਦੁਆਰਾ ਕਹਿੰਦੇ ਨੇ, ਪਹਿਲਾਂ ਧਰਮਸ਼ਾਲਾ ਕਿਹਾ ਕਰਦੇ, ਅੱਜ ਨਾਉਂ ਪੈ ਗਿਆ ਗੁਰਦੁਆਰਾ।
ਗੁਰਦੁਆਰੇ ਦਾ ਕੀ ਅਰਥ ਹੈ? ਗੁਰਦੁਆਰਾ ਹੋਏ ਸੋਝੀ ਪਾਏ ਸੀ, ਗੁਰਦੁਆਰੇ ਦਾ ਅਰਥ ਹੈ ਜਿੱਥੋਂ ਗਿਆਨ ਮਿਲੇ। ਜਿੱਥੇ ਗਿਆਨ ਦੀ ਪ੍ਰਾਪਤੀ ਹੋਵੇ ਉਹਨੂੰ ਕਹਿੰਦੇ ਨੇ ਗੁਰਦੁਆਰਾ। ਜਿੱਥੋਂ ਗਿਆਨ ਮਿਲੇ ਉਹ ਗੁਰੂ ਦਾ ਦੁਆਰਾ ਹੈ। ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਵੇ ਤੇ ਗਿਆਨ ਮਿਲੇ ਉਹ ਹੈ ਗੁਰਦੁਆਰਾ। ਅੱਗੇ ਗੁਰੂ ਨਾਨਕ ਪਿੱਛੇ ਭਾਈ ਲਹਿਣਾ ਘੋੜੀ ਤੇ ਅਸਵਾਰ ਨੇ, ਅੱਗੇ ਜਾ ਕੇ ਸਰ ਸੰਗਤ ਜੀ ਗੁਰੂ ਨਾਨਕ ਨੇ ਇਸ਼ਾਰਾ ਕਰ ਦਿੱਤਾ, ਕਹਿੰਦੇ ਭਾਈ ਆਹ ਦਰਖਤ ਨਾਲ ਘੋੜੀ ਬੰਨ ਦੇ, ਹੱਥ ਪੈਰ ਧੋ ਲੈ, ਪੰਜ ਇਸ਼ਨਾਨਾ ਕਰ ਲੈ, ਉਹ ਸਾਹਮਣੇ ਜਿੱਥੇ ਸੰਗਤ ਬੈਠੀ ਹੈ ਨਾ ਉੱਥੇ ਜਾ ਕੇ ਬਹਿ ਜਾ, ਉਹ ਜਿਹੜਾ ਸਾਹਮਣੇ ਆਸਣ ਲੱਗਿਆ ਉੱਥੇ ਤੈਨੂੰ ਨਾਨਕ ਜੀ ਮਿਲ ਜਾਣਗੇ। ਹੁਣ ਭਾਈ ਲਹਿਣਾ ਜੀ ਨੇ ਕਦੇ ਦਰਸ਼ਨ ਤਾਂ ਕੀਤੇ ਨਹੀਂ ਸੀ, ਇਹ ਖੇਡ ਹੈ, ਕੁਦਰਤ ਦੀ ਕਰਤਾਰ ਦੀ ਖੇਡ ਹੈ। ਤੇ ਭਾਈ ਲਹਿਣਾ ਜੀ ਨੇ ਪੰਜ ਇਸ਼ਨਾਨਾ ਕਰਿਆ, ਸੰਗਤ ਵਿੱਚ ਜਾ ਕੇ ਬੈਠ ਗਏ। ਇੰਨੇ ਨੂੰ ਦੂਸਰੇ ਪਾਸਿਓਂ ਗੁਰੂ ਨਾਨਕ ਪਾਤਸ਼ਾਹ ਪੰਜ ਇਸ਼ਨਾਨਾ ਕਰਕੇ ਜਦੋਂ ਸਿੰਘਾਸਣ ਤੇ ਆਏ ਤਾਂ ਭਾਈ ਲਹਿਣਾ ਜੀ ਹੈਰਾਨ ਹੋ ਗਏ, ਅੱਖਾਂ ਖੁੱਲੀਆਂ ਦੀਆਂ ਖੁੱਲੀਆਂ ਰਹਿ ਗਈਆਂ। ਕਹਿਣ ਲੱਗੇ ਮੈਂ ਕੋਈ ਸੁਪਨਾ ਤਾਂ ਨਹੀਂ ਵੇਖ ਰਿਹਾ, ਇਹ ਤਾਂ ਮੈਨੂੰ ਅੱਗੇ ਲਾ ਕੇ ਮੈਨੂੰ ਅੱਗੇ ਮੇਰੇ ਤੁਰ ਕੇ ਆਏ ਨੇ ਇਹ ਬਜ਼ੁਰਗ, ਕੀ ਇਹੀ ਗੁਰੂ ਨਾਨਕ ਨੇ? ਜੇ ਇਹ ਗੁਰੂ ਨਾਨਕ ਨੇ ਤਾਂ ਮੇਰੇ ਕੋਲੋਂ ਤਾਂ ਪਾਪ ਹੋ ਗਿਆ ਕਿ ਰੱਬ ਥੱਲੇ ਤੁਰਿਆ ਜਾ ਰਿਹਾ, ਗੁਰੂ ਥੱਲੇ ਤੇ ਚੇਲਾ ਉੱਪਰ ਘੋੜੀ ਤੇ ਚੜਿਆ ਆਵੇ, ਮੇਰੇ ਕੋਲੋਂ ਤਾਂ ਪਾਪ ਹੋ ਗਿਆ, ਨਿਰਾਦਰੀ ਹੋ ਗਈ ਗੁਰੂ ਦੀ। ਨਾਲ ਦੇ ਸਿੱਖ ਨੂੰ ਪੁੱਛਦੇ ਨੇ, ਕਹਿੰਦੇ ਸਿੱਖੋ ਤੁਸੀਂ ਤਾਂ ਉਰੇ ਬੜੇ ਸਮੇਂ ਦੇ ਆਉਣੇ ਹੋ, ਕੀ ਗੁਰੂ ਨਾਨਕ ਮਹਾਰਾਜ ਵਰਗਾ ਕੋਈ ਹੋਰ ਸਿੱਖ ਹੈ ਇਹਨਾਂ ਦੇ ਚਿਹਰੇ ਨਾਲ ਮਿਲਦਾ ਜੁਲਦਾ, ਜਿਵੇਂ ਕਈਆਂ ਦੇ ਸ਼ਕਲ ਮਿਲਦੀ ਹੁੰਦੀ ਹੈ, ਹਮ ਸ਼ਕਲ ਹੁੰਦੇ ਆ? ਉਹ ਸਿੱਖ ਕਹਿਣ ਲੱਗੇ ਗੁਰੂ ਨਾਨਕ ਵਰਗਾ ਤਾਂ ਤਿੰਨਾਂ ਲੋਕਾਂ 'ਚ ਨਹੀਂ ਕੋਈ। ਫਿਰ ਬਸ ਨੇਤਰਾਂ 'ਚੋਂ ਜਲ ਬਹਿ ਤੁਰਿਆ, ਕਹਿਣ ਲੱਗੇ ਮੈਥੋਂ ਤਾਂ ਪਾਪ ਹੋ ਗਿਆ, ਅਵੱਗਿਆ ਹੋ ਗਈ ਹੈ, ਕਿਉਂਕਿ ਗੁਰੂ ਨਾਨਕ ਮਹਾਰਾਜ ਪੈਦਲ, ਗੁਰੂ ਪੈਦਲ ਤੇ ਸਿੱਖ ਘੋੜੇ ਤੇ ਚੜਿਆ ਆਵੇ। ਖੜੇ ਹੋ ਗਏ, ਗਲ 'ਚ ਸਰੋਪਾ ਪੱਲਾ ਪਾਇਆ, ਨੇਤਰਾਂ 'ਚੋਂ ਜਲ ਜਾਂਦਾ ਬੈਰਾਗ ਦਾ। ਗੁਰੂ ਨਾਨਕ ਮਹਾਰਾਜ ਪੁੱਛਦੇ ਨੇ, ਕਹਿੰਦੇ ਭਾਈ ਕੀ ਗੱਲ ਹੈ, ਨੇਤਰਾਂ 'ਚ ਜਲ ਕਿਉਂ ਹੈ ਤੇਰੇ, ਅੱਖਾਂ 'ਚ ਹੰਝੂ ਕਿਉਂ ਨੇ? ਕਹਿਣ ਲੱਗਿਆ ਜੀ, ਭਾਈ ਲਹਿਣਾ ਜੀ ਕਹਿਣ ਲੱਗੇ ਸੱਚੇ ਪਾਤਸ਼ਾਹ ਤੁਸੀਂ ਗੁਰੂ ਨਾਨਕ ਹੋ, ਮੈਥੋਂ ਤਾਂ ਅਵੱਗਿਆ ਹੋ ਗਈ, ਪਾਪ ਹੋ ਗਿਆ। ਕਹਿੰਦੇ ਕੀ ਗੱਲ? ਕਹਿੰਦੇ ਗੁਰੂ ਪੈਦਲ ਤੁਰੇ ਤੇ ਸਿੱਖ ਘੋੜੇ ਤੇ ਚੜੇ, ਇਹ ਕਿਹੜਾ ਵਿਧਾਨ ਹੈ? ਇਹ ਤਾਂ ਗੁਰੂ ਦਾ ਨਿਰਾਦਰ ਹੋ ਗਿਆ ਮੈਥੋਂ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਪਹਿਲਾਂ ਨੇੜੇ ਆ ਸਾਡੇ। ਗੁਰੂ ਨਾਨਕ ਕਹਿੰਦੇ ਤੇਰਾ ਨਾਂ ਕੀ ਹੈ? ਕਹਿੰਦੇ ਜੀ ਮੇਰਾ ਨਾਂ ਲਹਿਣਾ ਹੈ। ਮਹਾਰਾਜ ਕਹਿੰਦੇ ਫੇਰ ਕਿਉਂ ਰੋਣਾ ਹੈ? ਉਹ ਤੇਰਾ ਨਾਂ ਲੈਣਾ ਤੈਂ ਲੈਣਾ ਤੇ ਮੈਂ ਤੇਰਾ ਦੇਣਾ। ਜਿਹੜੇ ਲੈਣ ਵਾਲੇ ਹੁੰਦੇ ਨੇ ਨਾ ਘੋੜਿਆਂ ਤੇ ਚੜ ਕੇ ਆਇਆ ਕਰਦੇ ਨੇ, ਦੇਣ ਵਾਲੇ ਪੈਦਲ ਚੱਲਿਆ ਕਰਦੇ ਨੇ। ਮੈਂ ਤੈਨੂੰ ਦੇਣਾ ਤੈਂ ਲੈਣਾ ਤੇ ਸਾਧ ਸੰਗਤ ਜੀ ਫੇਰ ਗੁਰੂ ਨਾਨਕ ਮਹਾਰਾਜ ਦੇ ਚਰਨਾਂ ਤੇ ਡਿੱਗ ਪਏ।
ਬਸ ਅੱਜ ਤੋਂ ਕਹਿੰਦੇ ਕਬੀਰ ਮੇਰਾ ਮੁਝ ਮੈਂ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਤੇਰਾ ਤੁਝਕੋ ਸੌਂਪ ਦੇ ਕਿਆ ਲਾਗੈ ਮੇਰਾ ਹੁਣ ਮੇਰਾ ਕੁਝ ਨਹੀਂ ਜੋ ਕੁਝ ਹੈ ਸੱਚੇ ਪਾਤਸ਼ਾਹ ਤੇਰਾ ਕਬੀਰ ਸਤਿਗੁਰ ਸੂਰਮੈ ਬਾਹਿਆ ਬਾਣ ਜੋ ਏਕ ਲਾਗਤ ਹੀ ਭੋਏ ਗਿਰ ਪਰਿਆ ਪਰਾ ਕਰੇ ਜੇ ਸ਼ੇਕ ਐਸਾ ਬਾਣ ਵੱਜ ਗਿਆ ਉਹ ਸ਼ੇਕ ਪੈ ਗਿਆ ਕਲੇਜੇ ਵਿੱਚ ਮੇਰੇ ਗੁਰਾਂ ਨੇ ਐਸਾ ਬਾਣ ਮਾਰਿਆ ਸ਼ੇਕ ਹੋ ਗਿਆ ਕਲੇਜੇ ਵਿੱਚ ਗੁਰਾਂ ਨੇ ਐਸਾ ਬਾਣ ਮਾਰਿਆ ਪਿਆਰੇ ਗੁਰਾਂ ਨੇ ਐਸਾ ਬਾਣ ਮਾਰਿਆ ਸ਼ੇਕ ਪੈ ਗਿਆ ਕਲੇਜੇ ਵਿੱਚ ਮੇਰੇ ਜੀ ਕਲੇਜੇ ਵਿੱਚ ਮੇਰੇ ਗੁਰਾਣੇ ਐਸਾ ਬਾਣ ਮਾਰਿਆ ਸ਼ੇਕ ਹੋ ਗਿਆ ਕਲੇਜੇ ਵਿੱਚ ਗੁਰਾਣੇ ਐਸਾ ਬਾਣ ਮਾਰਿਆ ਬਾਹਿਆ ਬਾਣ ਜੋ ਏਕ ਲਾਗਤ ਹੀ ਭੋਏ ਗਿਰ ਪਰਿਆ ਪਰਾ ਕਲੇਜੇ ਸ਼ੇਕ ਫੇਰ ਆਖਣ ਲੱਗੇ ਕੀ ਹੁਕਮ ਹੈ ਆਪਣੇ ਸੰਗੀਆਂ ਨੂੰ ਕਹਿੰਦੇ ਤੁਸੀਂ ਜੇ ਦੇਵੀ ਦੇ ਜਾਣਾ ਜਾਓ ਜੇ ਇੱਥੇ ਰਹਿਣਾ ਰਹੋ ਜੇ ਮੁੜਨਾ ਮੁੜ ਜਾਓ ਮੈਨੂੰ ਤਾਂ ਉਹ ਗੁਰੂ ਮਿਲ ਗਿਆ ਜਿਹਦੇ ਦਰ ਤੇ ਦੇਵੀ ਵੀ ਝਾੜੂ ਮਾਰਦੀ ਹੈ ਗੁਰ ਜੈਸਾ ਨਾਹੀ ਕੋ ਦੇਵ ਗੁਰੂ ਵਰਗਾ ਦੇਵ ਕਿਹੜਾ ਹੈ ਜਿਸ ਮਸਤਕ ਭਾਗ ਸੋ ਲਾਗਾ ਸੇਵ ਜਿਹਦੇ ਮੱਥੇ ਦੇ ਚੰਗੇ ਭਾਗ ਨੇ ਉਹ ਗੁਰੂ ਦੀ ਸੇਵਾ ਚ ਲੱਗਦਾ ਫਿਰ ਭਾਈ ਲਹਿਣਾ ਜੀ ਕਹਿੰਦੇ ਮਹਾਰਾਜ ਕੀ ਹੁਕਮ ਹੈ
ਮੈਂ ਤਾਂ ਹੁਣ ਜਾਣਾ ਨਹੀਂ, ਮੇਰਾ ਮਨ ਨਹੀਂ ਕਰਦਾ ਤੁਹਾਨੂੰ ਛੱਡ ਕੇ ਜਾਣ ਨੂੰ। ਹੁਣ ਪਰਿਵਾਰ ਦਾ ਸੰਸਾਰ ਦਾ ਕਿਸੇ ਦਾ ਮੋਹ ਨਹੀਂ ਰਿਹਾ ਸੱਚੇ ਪਾਤਸ਼ਾਹ, ਤੈਨੂੰ ਮਿਲ ਕੇ ਤ੍ਰਿਸ਼ਨਾ ਹੀ ਮਿਟ ਗਈ ਹੈ ਸਾਰੀ। ਮਹਾਰਾਜ ਕਹਿੰਦੇ ਇੱਕ ਵਾਰੀ ਘਰੇ ਜਾ ਕੇ ਦੱਸਿਆ ਉਹ ਪਰਿਵਾਰ ਨੂੰ ਮਿਲਿਆ ਉਹ ਗ੍ਰਿਸਤੀਓਂ, ਕਿਉਂਕਿ ਗੁਰੂ ਅੰਗਦ ਸਾਹਿਬ ਮਹਾਰਾਜ ਦੇ ਵੀ ਚਾਰ ਬੱਚੇ ਸੀ, ਦਾਸੂ ਜੀ, ਦਾਤੂ ਜੀ, ਬੀਬੀ ਅਨੋਖੀ ਤੇ ਬੀਬੀ ਅਮਰੋ, ਦੋ ਪੁੱਤਰੀਆਂ, ਦੋ ਸਪੁੱਤਰ। ਗੁਰੂ ਅੰਗਦ ਸਾਹਿਬ ਮਹਾਰਾਜ ਦੇ ਚਾਰ ਬੱਚੇ ਸੀ। ਕਹਿੰਦੇ ਠੀਕ ਹੈ, ਪਰ ਵਿਛੜਨ ਇੱਕ ਛਿਣ ਦਾ ਵਿਛੋੜਾ ਜਿਹੜਾ ਹੁਣ ਔਖਾ ਹੈ ਮੇਰੇ ਵਾਸਤੇ ਚੱਲਣਾ। ਪਹਿਲਾਂ ਮੈਂ ਜਿੱਥੇ ਭੜਕਣਾ ਸੀ ਭੜਕ ਲਿਆ, ਇਹ ਕੌਤਕ ਹੈ ਇਹ ਦੱਸਣ ਵਾਸਤੇ ਵੀ ਕੋਈ ਕਿਤੇ ਤੁਰਿਆ ਫਿਰੇ ਪੂਰੇ ਗੁਰੂ ਬਿਨਾਂ ਖੈਰ ਨਹੀਂ ਪੈਂਦੀ। ਇਹ ਅਕਾਲ ਪੁਰਖ ਨੇ ਦੂਸਰਾ ਜਾਮਾ ਤਾਂ ਕਰਕੇ ਉਹਨਾਂ ਦੇ ਘਰੇ ਧਾਰਨ ਕੀਤਾ ਸੀ ਦੇਵੀ ਨੂੰ ਮੰਨਣ ਵਾਲਿਆਂ ਦੇ, ਫਿਰ ਅੱਗੇ ਤੀਜਾ ਜਾਮਾ ਧਾਰਨ ਕੀਤਾ ਸੀਗਾ ਜਿਹੜੇ ਤੀਰਥਾਂ ਤੇ ਜਾਂਦੇ ਸੀ। ਇਹ ਅਕਾਲ ਪੁਰਖ ਦੀ ਖੇਡ ਸੀ, ਕੌਤਕ ਸੀ ਸਾਧ ਸੰਗਤ ਜੀ। ਫਿਰ ਘਰੇ ਗਏ, ਜ਼ਿੰਮੇਵਾਰੀ ਸੰਭਾਲ ਦਿੱਤੀ ਮਾਤਾ ਖੀਬੀ ਨੂੰ ਵੀ ਤੁਸੀਂ ਹੁਣ ਸਾਂਭੋ ਘਰ ਗ੍ਰਿਸਤੀ ਨੂੰ, ਮੈਂ ਤਾਂ ਗੁਰੂ ਦਾ ਹੋ ਗਿਆ, ਮੇਰਾ ਹੁਣ ਇੱਥੇ ਮਨ ਨਹੀਂ ਲੱਗਦਾ। ਘਰੋਂ ਲੂਣ ਦੀ ਪੰਡ ਲੈ ਕਰਕੇ ਆਪ ਜੀ ਕਰਤਾਰਪੁਰ ਪਹੁੰਚੇ, ਖੰਡੂਰ ਸਾਹਿਬ ਤੋਂ ਚੱਲ ਕੇ ਕਰਤਾਰਪੁਰ ਆਏ। ਜਦੋਂ ਘਰ ਆਏ ਲੂਣ ਦੀ ਪੰਡ ਲੰਗਰ ਚ ਪਾ ਦਿੱਤੀ, ਜਦੋਂ ਘਰ ਆਏ ਗੁਰੂ ਸਾਹਿਬ ਘਰ ਨਹੀਂ ਸੀ, ਮਹਾਰਾਜ ਖੇਤਾਂ ਨੂੰ ਗਏ ਹੋਏ ਹੈ। ਤਕਰੀ ਘੱਟੋ ਘੱਟ 10 ਕਸਵੱਟੀਆਂ ਵੱਡੀਆਂ ਦਾ ਸਾਹਮਣਾ ਕਰਨਾ ਪਿਆ ਗੁਰੂ ਅੰਗਦ ਸਾਹਿਬ ਨੂੰ, ਵੱਡੇ ਪਰਚੇ ਪਏ ਤੇ ਸਾਰੀਆਂ ਕਸਵੱਟੀਆਂ ਦੇ ਵਿੱਚੋਂ ਪੂਰੇ ਨੰਬਰ ਲੈ ਕੇ ਪਾਸ ਹੋਏ। ਇੱਥੋਂ ਤੱਕ ਜਿਹੜੀ ਅਖੀਰਲੀ ਕਸਵੱਟੀ ਸੀ ਉਹ ਮੁਰਦਾ ਖਾਣ ਦੀ ਸੀ, ਅਖੀਰਲੀ ਕਸਵੱਟੀ ਵੀ ਪੁਰਖਾ ਆ ਮੁਰਦਾ ਖਾ। ਬਾਬਾ ਬੁੱਢਾ ਜੀ ਵਰਗੇ ਸਿੱਖ ਵੀ ਉਸ ਸਮੇਂ ਪਿੱਛੇ ਹਟ ਗਏ ਸੀ ਤੇ ਗੁਰੂ ਅੰਗਦ ਸਾਹਿਬ ਉਦੋਂ ਭਾਈ ਲੈਣਾ ਨਾ ਹੈ, ਐ ਆਲੇ ਦੁਆਲੇ ਗੇੜੇ ਲਾਗੇ ਕੱਢਣ, ਉੱਪਰ ਚਿੱਟਾ ਕੱਫਣ ਪਾਇਆ। ਗੁਰੂ ਨਾਨਕ ਦੇ ਮਹਾਰਾਜ ਜੀ ਕਹਿਣ ਲੱਗੇ, ਕਹਿੰਦੇ ਤੈਨੂੰ ਗੇੜੇ ਕੱਢਣ ਵਾਸਤੇ ਨਹੀਂ ਕਿਹਾ, ਮੁਰਦਾ ਖਾਣ ਵਾਸਤੇ ਕਿਹਾ। ਤੇ ਭਾਈ ਲੈਣਾ ਜੀ ਕਹਿੰਦੇ ਮਹਾਰਾਜ ਮੈਂ ਤੁਹਾਡੇ ਹੁਕਮ ਦੀ ਉਡੀਕ ਵਿੱਚ ਆ, ਮੈਨੂੰ ਇਹ ਦੱਸੋ ਮੁਰਦਾ ਪੈਰਾਂ ਵੱਲੋਂ ਖਾਣਾ ਸ਼ੁਰੂ ਕਰਾਂ ਜਾਂ ਸਿਰ ਵੱਲੋਂ। ਮਹਾਰਾਜ ਕਹਿੰਦੇ ਚਰਨਾਂ ਵੱਲੋਂ, ਪੈਰਾਂ ਵੱਲੋਂ। ਜਦੋਂ ਕੱਪੜਾ ਚੱਕਿਆ ਤਾਂ ਉੱਥੇ ਕੀ ਦੇਖਦੇ ਨੇ, ਤਿਹਾਵਲ ਕੜਾ ਪ੍ਰਸ਼ਾਦ ਦੀ ਦੇਗ ਹੈ, ਉਹ ਮੁਰਦੇ ਦੀ ਸ਼ਕਲ ਦੇ ਵਿੱਚ ਇਸ ਤਰ੍ਹਾਂ ਬਣਾ ਕੇ ਰੱਖੀ ਹੋਈ ਸੀ। ਗੱਲ ਕੀ ਹੈ, ਗੱਲ ਪਰਖ ਦੀ ਹੈ। ਗੁਰੂ ਜਿਹੜਾ ਗੁਰੂ ਪਰਖਦਾ, ਜਿਹੜੇ ਬੱਚੇ ਸਕੂਲ 'ਚ ਪੜ੍ਹਦੇ ਨੇ ਪਰਚੇ ਉਹਨਾਂ ਨੂੰ ਪੈਂਦੇ ਨੇ, ਟੀਚਰ ਉਹਨਾਂ ਦੀ ਪਰਖ ਕਰਦੇ ਹੈ ਵੀ ਇੱਕ ਸਾਲ ਦੇ ਵਿੱਚ ਕਿੰਨਾ ਕੁ ਸਿੱਖ ਲਿਆ। ਜਿਹੜੇ ਹੁਸ਼ਿਆਰ ਬੱਚੇ ਹੁੰਦੇ ਨੇ ਪੇਪਰਾਂ ਨੂੰ ਦੇਖ ਕੇ ਉਹਨਾਂ ਨੂੰ ਚਾਅ ਚੜ੍ਹ ਜਾਂਦਾ ਵੀ ਚੰਗੇ ਨੰਬਰ ਲਵਾਂਗੇ, ਮਾਪਿਆਂ ਦੀ ਖੁਸ਼ੀ ਹੋਵੇਗੀ। ਤੇ ਜਿਹੜੇ ਨਲਾਇਕ ਹੁੰਦੇ ਆ ਪੇਪਰਾਂ ਤੋਂ ਪਹਿਲੀਆਂ ਅਰਦਾਸਾਂ ਲੱਗ ਜਾਂਦੇ ਨੇ ਕਰਨ, ਜਾਂ ਤਾਂ ਮਾਸਟਰ ਮਰ ਜਾਣ ਜਾਂ ਸਕੂਲ ਢਹਿ ਜੇ ਵੀ ਪੇਪਰੇ ਨਾ ਹੋਣ, ਕਿਉਂਕਿ ਪਤਾ ਵੀ ਫੇਲ ਹੋਣਾ, ਟੀਚਰਾਂ ਤੋਂ ਵੀ ਡੰਡੇ ਤੇ ਘਰੇ ਵੀ ਡੰਡੇ ਪੈਣੇ।
ਇਸ ਕਰਕੇ ਗੁਰੂ ਬੜੀ ਪਰਖ ਕਰਦਾ, ਥੋੜ੍ਹਾ ਜਿਹਾ ਸਾਨੂੰ ਪਰਚਾ ਪਾ ਦੇਵੇ, ਥੋੜ੍ਹਾ ਜਿਹਾ ਆਪਾਂ ਨੂੰ ਚਾਰ ਦਿਨ ਕੋਈ ਮੱਝ ਦੁੱਧ ਨਾ ਦੇਵੇ, ਡਾਲੀ ਬੰਦ, ਗੁਰਦੁਆਰੇ ਆਉਣਾ ਬੰਦ, ਵੀ ਹੁਣ ਕਰਨ ਕੀ ਜਾਣਾ, ਮੱਝਾਂ ਦੁੱਧ ਨਹੀਂ ਦਿੰਦੀਆਂ, ਵੀ ਪੁੱਛਣ ਵਾਲਾ ਹੋਵੇ ਗੁਰੂ ਪੱਠੇ ਪਾਵੇ ਆ ਕੇ ਮੱਝਾਂ ਨੂੰ, ਇਹਨਾਂ ਦੀ ਸੇਵਾ ਸੰਭਾਲ ਤਾਂ ਤੈਂ ਕਰਨੀ ਹੈ, ਘਰ 'ਚ ਬਰਕਤ ਨਹੀਂ ਪੈਂਦੀ, ਜਦੋਂ ਖਰਚਾ ਅਬੱਬ ਕਰਨਾ, ਸ਼ਰਾਬਾਂ ਛਕਣੀਆਂ, ਮਾਸ ਛਕਣੇ, ਨਸ਼ੇ ਕਰਨੇ, ਤੇ ਫਿਰ ਦੋਸ਼ ਗੁਰੂ ਦਾ ਵੀ ਬਰਕਤ ਨਹੀਂ ਪੈਂਦੀ, ਬਰਕਤ ਉਹਦੇ ਘਰੇ ਪਊ ਜਿਹੜਾ ਪਾਠ ਕਰੂਗਾ ਅੰਮ੍ਰਿਤ ਵੇਲੇ ਉੱਠ ਕੇ, ਜਿੱਥੇ ਸ਼ਰਾਬ ਤੇ ਮਾਸ ਆ ਬੜੀ ਉੱਥੇ ਬਰਕਤ ਪੈ ਨਹੀਂ ਸਕਦੀ, ਮਾਇਆ ਆਊ ਬੜੀ ਤੇ ਲੰਘੀ ਜਾਊਗੀ ਸਤ ਸੰਗਤ ਜੀ। ਆ ਬੜੇ ਆਉਂਦੇ ਆ ਜਿਹੜੇ ਕਹਿੰਦੇ ਆ ਬਰਕਤ ਨਹੀਂ ਪੈਂਦੀ, ਖਰਚਾ ਦੇਖ ਕੇ ਨਹੀਂ ਕਰਨਾ, ਕਿੰਨਾ ਸਾਧ ਸੰਗਤ ਹੋਸ਼ਾਪਣ ਚੱਲਿਆ, ਵਿਆਹਾਂ ਤੇ ਖਰਚਾ, ਮਰਕਤਾਂ ਤੇ ਖਰਚਾ, ਇਹ ਨਿਰਾਪੁਰਾ ਸਰਕਾਰਾਂ ਦਾ ਦੋਸ਼ ਨਹੀਂ, ਇਹ ਸਾਡਾ ਵੀ ਦੋਸ਼ ਹੈ ਜਿਹੜੇ ਚਾਦਰ ਦੇਖ ਕੇ ਪੈਰ ਨਹੀਂ ਪਸਾਰਦੇ, ਵੀਹ ਵੀਹ ਪੱਚੀ ਪੱਚੀ ਲੱਖ ਕਰਜ਼ਾ ਚੁੱਕ ਕੇ ਵਿਆਹਾਂ ਤੇ ਲਾਈ ਜਾਣਾ, ਪੈਲਸਾਂ ਦੇ ਵਿੱਚ ਉੱਥੇ ਨੱਚਣਾ ਟੱਪਣਾ, ਬੁਰੇ ਹਾਲ ਕੰਜਰਖਾਨੇ ਕਰਨੇ, ਇਹ ਆਪਣੇ ਹੱਥ 'ਚ ਹੁੰਦਾ, ਚਾਦਰ ਦੇਖ ਕੇ ਪੈਰ ਪਸਾਰੋ, ਫਿਰ ਆਪਾਂ ਰੋਈ ਜਾਂਦੇ ਹਾਂ, ਪਿੱਟੀ ਜਾਂਦੇ ਹਾਂ, ਕਈ ਖੁਦਕੁਸ਼ੀਆਂ ਕਰੀ ਜਾਂਦੇ ਨੇ, ਖੁਦਕੁਸ਼ੀ ਕਿਸੇ ਮਸਲੇ ਦਾ ਹੱਲ ਨਹੀਂ, ਜ਼ਿੰਦਗੀ ਸੰਘਰਸ਼ ਹੈ, ਲੜਨਾ ਪਵੇਗਾ। ਜਦੋਂ ਭਾਈ ਲਹਿਣਾ ਜੀ ਆਏ, ਉਹਨਾਂ ਨੂੰ ਪਹਿਲੀ ਕਸਵੱਟੀ ਕੀ ਲੱਗੀ, ਮਾਤਾ ਸੁਲੱਖਣੀ ਜੀ ਮਿਲੇ, ਆਸ਼ੀਰਵਾਦ ਦਿੱਤਾ, ਕਹਿਣ ਲੱਗੇ ਮਾਤਾ ਜੀ ਗੁਰੂ ਸਾਹਿਬ ਕਿੱਥੇ ਨੇ, ਕਹਿੰਦੇ ਬੇਟਾ ਖੇਤ 'ਚ ਨੇ, ਕੱਖ ਕਢਾ ਰਹੇ ਆ ਝੋਨੇ 'ਚੋਂ, ਨਦੀਨ ਕਢਾ ਰਹੇ ਨੇ, ਕਹਿਣ ਲੱਗੇ ਬਹਿ ਜਾਓ, ਆ ਜਾਂਦੇ ਨੇ, ਕਹਿੰਦੇ ਇੰਤਜ਼ਾਰ ਨਹੀਂ ਹੁੰਦਾ ਹੁਣ ਗੁਰੂ ਦੇ ਦਰਸ਼ਨਾਂ ਬਿਨਾਂ ਇੱਕ ਪਲ ਵੀ ਨਹੀਂ ਰਿਹਾ ਜਾਂਦਾ, ਉਹ ਜਿੰਦ ਬਚਦੀ ਨਾ ਗੁਰਦਰਸ਼ ਬਿਨਾਂ, ਬਚਦੀ ਨਾ ਗੁਰਦਰਸ਼ ਬਿਨਾਂ ਜਿੰਦ ਬਚਦੀ ਨਾ, ਦਰਸ਼ ਬਿਨਾਂ ਜਿੰਦ ਜਿਉਂ ਮਛਲੀ ਬਿਨ ਪਾਣੀ ਜਿੰਦ ਬਚਦੀ ਨਾ ਗੁਰਦਰਸ਼ ਬਿਨਾ, ਬਚਦੀ ਨਾ ਗੁਰਦਰਸ਼ ਬਿਨਾ ਜੀ, ਜਿਉਂ ਮਛਲੀ ਬਿਨ ਪਾਣੀ ਸਿੱਖ।
ਮਛਲੀ ਬਿਨ ਪਾਣੀ ਹੈ ਕਿਉਂ ਜੀਵਨ ਪਾਵੈ, ਬੂੰਦ ਵੀ ਹੋਣਾ ਚਾਤਰਕੋ ਕਿਉਂ ਕਰ ਤ੍ਰਿਪਤਾਵਾ। ਉੱਥੇ ਗਏ ਮਹਾਰਾਜ ਨਦੀਨ ਕਢਾ ਰਹੇ ਆ, ਨਦੀਨ ਝੋਨੇ ਦੇ ਵਿੱਚ ਕੱਖ ਕਢਾ ਰਹੇ ਆ, ਘਾ ਐ ਪੰਡ ਬੰਨੀ ਪਈ ਹੈ ਗਾਰਾ। ਜਦੋਂ ਝੋਨੇ ਚੋਂ ਕੱਖ ਕੱਢਦੇ ਆ ਨਾ, ਗਾਰਾ ਨਾਲ ਐ ਚੂੰਦਾ ਹੁੰਦਾ। ਮਹਾਰਾਜ ਨੂੰ ਮੱਥਾ ਟੇਕਿਆ, ਮਹਾਰਾਜ ਨੇ ਪੰਡ ਚੁੱਕਣ ਵਾਸਤੇ ਕਿਹਾ, ਪਹਿਲਾਂ ਆਪਣੇ ਵੱਡੇ ਬੇਟੇ ਨੂੰ ਕਿਹਾ ਸ਼੍ਰੀ ਚੰਦਰ ਜੀ ਨੂੰ, ਫਿਰ ਲਖਮੀਦਾਸ ਜੀ ਨੂੰ। ਉਹਨਾਂ ਨੇ ਜਵਾਬ ਦੇ ਦਿੱਤਾ, ਕਹਿੰਦੇ ਪਿਤਾ ਜੀ ਇਹ ਕੰਮ ਕਿਸੇ ਹੋਰ ਤੋਂ ਕਰਾਓ, ਅਸੀਂ ਗੁਰੂ ਸੁਪੁੱਤਰਾਂ ਚੰਗੇ ਨਹੀਂ ਲੱਗਦੇ ਗਾਰੇ ਦੀ ਪੰਡ ਚੱਕਦੇ ਹੋਏ। ਉਹਨਾਂ ਦੀ ਸ਼ਰਧਾ ਪਿਤਾ ਵਾਲੀ ਸੀ, ਗੁਰੂ ਵਾਲੀ ਨਹੀਂ ਸੀ। ਪਰ ਆਪਾਂ ਉਹਨਾਂ ਦੀ ਨਿੰਦਿਆ ਨਹੀਂ ਕਰਨੀ, ਗੁਰੂ ਦੇ ਸਪੁੱਤਰ ਸੀ। ਕਈ ਅੱਜ ਦੇ ਚੁੰਚ ਗਿਆਨੀ ਬਾਬਾ ਸ਼੍ਰੀ ਚੰਦਰ ਜੀ ਨੂੰ ਮਾੜਾ ਕਹੀ ਜਾਂਦੇ ਆ, ਕਹਿੰਦੇ ਗੁਰੂ ਨੇ ਸ਼੍ਰੀ ਚੰਦਰ ਜੀ ਨੂੰ ਆਕੀ ਕਿਹਾ। ਕੀ ਸ਼੍ਰੀ ਚੰਦਰ ਜੀ ਦਾ ਨਾਂ ਲੈ ਕੇ ਕਿਹਾ? ਆਕੀ ਤਾਂ ਆਪਾਂ ਸਾਰੇ ਹਾਂ, ਆਪਾਂ ਜਿੰਨੇ ਬੈਠੇ ਹਾਂ ਸਾਰੇ ਆਕੀ ਹਾਂ ਗੁਰੂ ਤੋਂ, ਆਪਾਂ ਗੁਰੂ ਦੇ ਪੁੱਤਰ ਨਹੀਂ। ਸ਼੍ਰੀ ਚੰਦਰ ਭਗਵਾਨ 150 ਸਾਲ ਦੀ ਉਮਰ ਹੋਈ ਹੈ, ਬਹੁਤ ਵੱਡੀ ਬੰਦਗੀ ਸੀ। ਇਹ ਗੁਰੂ ਤਾਂ ਗੱਦੀ ਇਹ ਕੋਈ ਖੇਡ ਸੀ ਪਰਮਾਤਮਾ ਦੀ, ਇਹ ਗੁਰੂ ਤਾਂ ਗੱਦੀ ਉਹਨਾਂ ਦੇ ਕਰਮਾਂ 'ਚ ਨਹੀਂ ਸੀ, ਇਸ ਕਰਕੇ ਪਰਮਾਤਮਾ ਖੇਡ ਰਚ ਰਿਹਾ ਸੀ। ਤਖ਼ਤੇ ਉੱਪਰ ਸੋਭ ਹੈ ਜੇ ਤਖ਼ਤੇ ਲਾਇਕ ਹੋਈ, ਤਖ਼ਤ 'ਤੇ ਉਹੀ ਰਾਜਾ ਬਹਿੰਦਾ ਜਿਹੜਾ ਤਖ਼ਤ ਦੇ ਲਾਇਕ ਹੋਵੇ। ਜੇ ਕੋਈ ਕਮਲਾ ਰਾਜਾ ਬਣ ਜਾਵੇ ਕਿਸੇ ਦੇਸ਼ ਦਾ, ਦੇਸ਼ ਨੂੰ ਉਜਾੜ ਦੂਗਾ ਸਾਧ ਸੰਗਤ ਜੀ। ਆ ਵੋਟਾਂ ਚੱਲ ਰਹੀਆਂ ਨੇ, ਚੋਣਾਂ ਦਾ ਟਾਈਮ ਹੈ। ਕਈ ਵਾਰੀ ਨਾ ਐਸੇ ਬੰਦਿਆਂ ਨੂੰ ਆਪਾਂ ਚੁਣ ਲੈਂਦੇ ਹਾਂ ਜਿਹੜੇ 5-5 ਸਾਲ ਮੂੰਹ ਨਹੀਂ ਦਿਖਾਉਂਦੇ ਆਪਣਾ, ਨਾ ਕਿਸੇ ਦੇ ਦੁੱਖ 'ਚ ਨਾ ਕਿਸੇ ਦੇ ਸੁੱਖ 'ਚ। 5-5 ਸਾਲ ਕਿਸੇ ਦਾ ਕੰਮ ਨਹੀਂ ਕਰਨਾ, ਜਦੋਂ 5 ਸਾਲਾਂ ਬਾਅਦ ਵੋਟਾਂ ਆਉਣੀਆਂ ਨੇ ਉਦੋਂ ਦਰਸ਼ਨ ਦੇਣੇ ਨੇ। ਪਿਛਲੇ ਵਾਰੀ ਵੀ ਜਦੋਂ ਮੈਂਬਰ ਪਾਰਲੀਮੈਂਟ ਦੀਆਂ ਵੋਟਾਂ ਹੋਈਆਂ, ਬੜੇ ਦੀਵਾਨ ਅਸੀਂ ਲਾਏ, ਐਤਕੀ ਤਾਂ ਬਾਹਰ ਚਲੇ ਗਏ ਸੀ ਸੰਗਤਾਂ। ਪਿਛਲੇ ਵਾਰੀ ਵੀ ਬਹੁਤ ਵੱਡੀਆਂ ਗਲਤੀਆਂ ਸੰਗਤਾਂ ਤੋਂ ਹੋਈਆਂ, ਬਾਅਦ 'ਚ ਪਛਤਾਉਂਦੇ ਨੇ। ਕੀ ਫਾਇਦਾ ਫਿਰ ਬਾਅਦ 'ਚ ਪਛਤਾਉਣ ਦਾ ਸਾਧ ਸੰਗਤ ਜੀ? ਜਿਹੜਾ ਰਾਜਾ ਦੁੱਖ ਸੁੱਖ ਦੇ ਵਿੱਚ ਸਹਾਈ ਹੁੰਦਾ, ਜਿਹੜਾ ਉਮੀਦਵਾਰ, ਜਿਹੜਾ ਕੈਂਡੀਡੇਟ ਤੁਹਾਡੇ ਦਿਨ ਰਾਤ ਨਾਲ ਖੜਦਾ, ਜਿਹੜਾ ਪਰਿਵਾਰ, ਤੇ ਉਹਨੂੰ ਛੱਡ ਕੇ ਤੁਸੀਂ ਹੋਰ ਪਾਸੇ ਵੋਟਾਂ ਪਾਓ, ਏਦੂ ਵੱਡੀ ਮੂਰਖਤਾ ਹੀ ਕੀ ਹੈ? ਕਿਉਂਕਿ ਅੱਜ ਲਾਈਵ ਚੱਲ ਰਹੇ ਆ, ਪੂਰੀ ਦੁਨੀਆਂ ਦੇ ਵਿੱਚ ਲਾਈਵ ਇਹ ਆਵਾਜ਼ੇ ਕੌਮ ਟੀਵੀ 'ਤੇ ਚੱਲ ਰਹੇ ਆ, ਕਨੇਡਾ, ਅਮਰੀਕਾ, ਇੰਗਲੈਂਡ ਸਾਰੇ ਦੇਖ ਰਹੇ ਨੇ। ਇਸ ਕਰਕੇ ਉਹਨੂੰ ਚੁਣੋ ਜਿਹੜਾ ਦੁੱਖ ਸੁੱਖ ਦਾ ਸੰਗੀ ਹੋਵੇ।
ਉਹ ਬਾਬਾ ਸ਼੍ਰੀ ਚੰਦਰ ਲਖਮੀ ਦਾਸ ਜਵਾਬ ਦੇ ਗਏ, ਕਹਿੰਦੇ ਪਿਤਾ ਜੀ ਸਾਡੇ ਵੱਸ ਦਾ ਰੋਗ ਨਹੀਂ। ਸਾਰਿਆਂ ਵੱਲ ਭਾਈ ਲਹਿਣੇ ਵੱਲ ਅਜੇ ਮਹਾਰਾਜ ਨੇ ਚਿਹਰਾ ਹੀ ਕਰਿਆ, ਕਹਿੰਦੇ ਹੁਕਮ ਮਹਾਰਾਜ। ਮਹਾਰਾਜ ਕਹਿੰਦੇ ਪੰਡ ਚੱਕ, ਇਹ ਪੰਡ ਤੈਨੂੰ ਹੈ ਚੁਕਾਉਣੀਆਂ ਤੇ ਤੂੰ ਹੀ ਚੱਕ ਸਕਦਾ। ਇਹ ਰਮਜ ਹੈ, ਰਮਜ ਵਿੱਚ ਰਾਜ ਹੈ ਕਿ ਗੁਰੂ ਤਾਂ ਗੱਡੀ ਦੀ ਪੰਡ ਹੈ, ਇਹ ਤੇਰੇ ਤੂੰ ਹੀ ਚੱਕਣ ਜੋਗਾ, ਹੋਰ ਨਹੀਂ ਕੋਈ ਚੱਕ ਸਕਦਾ। ਇਹ ਲੁਕਾਈ ਦਾ ਭਾਰ ਜਿਹੜਾ ਹੈ, ਇਹ ਗੁਰੂ ਸਾਹਿਬ ਸਾਡੇ ਭਾਰ ਹਰਨ ਆਏ, ਸਾਡੇ ਪਾਪਾਂ ਨੂੰ ਨਾਸ਼ ਕੀਤਾ ਗੁਰੂਆਂ ਨੇ ਆ ਬਾਣੀ ਦਿੱਤੀ। ਫਿਰ ਭਾਈ ਲਹਿਣਾ ਜੀ ਨੇ ਪੰਡ ਚੁੱਕ ਲਈ, ਸਾਰੇ ਕੱਪੜੇ ਸੀ ਨਾ ਜਿਹੜੇ ਉਹ ਗਾਰੇ ਨਾਲ ਭਰ ਗਏ। ਜਦੋਂ ਘਰ ਆਏ ਮਾਤਾ ਸੁਲੱਖਣੀ ਜੀ, ਮਾਤਾ ਸੁਲੱਖਣੀ ਜੀ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਮਹਿਲ, ਉਹ ਬੜੇ ਹੈਰਾਨ ਹੋਏ, ਕਹਿੰਦੇ ਨਵਾਂ ਨਵਾਂ ਸਾਊ ਜਾਂ ਸੇਵਾਦਾਰ ਆਇਆ, ਚੰਗੇ ਘਰ ਦਾ ਲੱਗਦਾ, ਮਹਿੰਗੇ ਕੱਪੜੇ ਪਾਏ ਨੇ। ਹੇ ਪਤੀ ਪਰਮੇਸ਼ਵਰ, ਉੱਥੇ ਕਿੰਨੇ ਨੌਕਰ ਸੀ, ਕਿਸੇ ਹੋਰ ਨੂੰ ਚੁਕਾ ਦਿੰਦੇ। ਪਹਿਲੇ ਦਿਨ ਸਿੱਖ ਆਇਆ ਵਿਚਾਰਾ, ਗਾਰੇ ਦੀ ਪੰਡ ਚੁਕਾਤੀ। ਮਹਾਰਾਜ ਆਪਣੇ ਮਹਿਲਾਂ ਨੂੰ ਕਹਿੰਦੇ ਸੁਲੱਖਣੀਏ, ਇਹ ਪੰਡ ਇਹੀ ਚੱਕ ਸਕਦਾ, ਹੋਰ ਨਹੀਂ ਕੁਛ ਚੱਕ ਸਕਦਾ, ਕਿਸੇ ਹੋਰ ਦੇ ਵੱਸ ਦਾ ਰੋਗ ਨਹੀਂ। ਕਹਿੰਦੇ ਇਹ ਤਾਂ ਜਸ ਰੂਪੀ ਛਤਰ ਹੈ, ਤਿੰਨ ਲੋਕਾਂ 'ਚ ਜਸ ਫੈਲੇਗਾ ਇਹਦਾ, ਇਹ ਗਾਰੇ ਦੀ ਪੰਡ ਨਹੀਂ, ਇਹ ਤਾਂ ਗੁਰੂ ਤਾਂ ਗੱਡੀ ਦੀ ਪੰਡ ਹੈ। ਤੂੰ ਕਹਿਣੀ ਹੈ ਗਾਰੇ ਨਾ ਕੱਪੜੇ ਲਿਬੜ ਗਏ, ਨਿਗਾਹ ਮਾਰ। ਮਹਾਰਾਜ ਕਹਿੰਦੇ ਨਿਗਾਹ ਇਹ ਤਾਂ ਕੇਸਰ ਹੈ। ਜਦੋਂ ਮਾਤਾ ਸੁਲੱਖਣੀ ਨੇ ਨਿਗਾਹ ਕੀਤੀ ਤਾਂ ਕੱਪੜਿਆਂ ਦੇ ਵਿੱਚੋਂ ਕੇਸਰ ਵਰਗੀ ਸੁਗੰਧੀ ਆ ਰਹੀ ਹੈ। ਮਾਤਾ ਸੁਲੱਖਣੀ ਨੇ ਹੱਥ ਜੋੜ ਲਏ, ਮਹਾਰਾਜ ਤੁਹਾਡੀਆਂ ਤੁਸੀਂ ਜਾਣੋ, ਅਸੀਂ ਨਹੀਂ ਜਾਣ ਸਕਦੇ, ਤੁਹਾਡੀਆਂ ਤੁਸੀਂ ਹੋ ਜਾਣੋ ਦਾਤਿਆ, ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਤੁਹਾਨੂੰ ਹੈ ਵਧਾ ਚੰਗੀ ਮਾੜੀ ਦਾ। ਇਹ ਪਹਿਲੀ ਕਸਵੱਟੀ ਸੀ, ਪਾਸ ਹੋਏ, ਬੜੀਆਂ ਕਸਵੱਟੀਆਂ ਲੱਗੀਆਂ। ਕਬੀਰ ਕਸੌਟੀ ਰਾਮ ਕੀ, ਝੂਠਾ ਟਿਕੇ ਨਾ ਕੋਏ, ਰਾਮ ਕਸੌਟੀ ਸੋ ਸਹਿ ਜੋ ਮਰ ਜੀਵਾ ਹੋਏ। ਕਸਵੱਟੀ ਦੇ ਵਿੱਚੋਂ ਉਹ ਪਾਸ ਹੁੰਦਾ ਜਿਹੜਾ ਜਿਉਂਦੇ ਜੀ ਮਰਿਆ ਹੋਵੇ, ਜਿਉਂਦੇ ਜੀ ਉਹ ਮਰਿਆ ਹੁੰਦਾ ਜੀ ਚ ਨਿਮਰਤਾ ਹੋਵੇ, ਪੱਲੇ ਵੀ ਸਾਰਾ ਕੁਝ ਹੋਵੇ ਤੇ ਕਹਿ ਦੇਵੇ ਮੈਂ ਤਾਂ ਕੱਖ ਵੀ ਨਹੀਂ। ਜਿਹੜਾ ਆਪਣੇ ਆਪ ਨੂੰ ਭਲਾ ਕਹਾਉਂਦਾ, ਭਲਾ ਮਾਨਸ ਕਹਾਉਂਦਾ ਕਿ ਮੈਂ ਭਲਾ, ਮੈਂ ਚੰਗਾ, ਬਾਕੀ ਸਾਰੇ ਐਵੇਂ ਹੈ। ਸਤਿਗੁਰੂ ਕਹਿੰਦੇ ਆਪਸ ਕੋ ਜੋ ਭਲਾ ਕਹਾਵੈ ਤਿਸੈ ਭਲਾਈ ਨਿਕਟ ਨਾ ਆਵੈ। ਕਹਿੰਦੇ ਜਿਹੜਾ ਕਹਿੰਦਾ ਨਾ ਮੈਂ ਚੰਗਾ, ਉਹ ਚੰਗਾ ਹੋਏ ਨਹੀਂ ਸਕਦਾ, ਉਹ ਓਨਾ ਹੀ ਗੰਦਾ ਹੋਊਗਾ। ਜਿਹੜਾ ਕਹਿੰਦਾ ਮੈਂ ਮਾੜਾ, ਆਪਸ ਕੋ ਜੋ ਜਾਣੇ ਨੀਚਾ, ਜਿਹੜਾ ਆਪਣੇ ਆਪ ਨੂੰ ਨੀਚ ਗਿਣਦਾ, ਜਿਹੜਾ ਆਪਣੇ ਆਪ ਨੂੰ ਨੀਚ ਗਿਣਦਾ, ਸੋ ਗਣੀਏ ਸਭ ਤੇ ਉੱਚਾ, ਉਹ ਸਾਧ ਸੰਗਤ ਜੀ ਸਾਰਿਆਂ ਤੋਂ ਉੱਚਾ ਕਰਕੇ ਜਾਣਿਆ ਜਾਂਦਾ ਹੈ। ਉਹ ਜਦੋਂ ਲੱਗਦੀ ਕਸੌਟੀ ਬਾਬਾ ਤੇਰੀ, ਪਾਸ ਹੁੰਦੇ ਮਾਰ ਜੀਵੜੇ, ਜਦੋਂ ਲੱਗਦੀ ਕਸੌਟੀ ਬਾਬਾ, ਪਾਸ ਹੁੰਦੇ ਮਾਰ ਜੀਵੜੇ, ਕਸੌਟੀ ਬਾਬਾ, ਪਾਸ ਹੁੰਦੇ ਮਾਰ ਜੀ।
ਸੱਚਿਆਂ ਨੂੰ ਥਾਂ ਨਾ ਮਿਲੇ ਕਬੀਰ ਕਸੌਟੀ ਰਾਮ ਕੀ ਝੂਠਾ ਟਿਕੇ ਨਾ ਕੋਏ ਰਾਮ ਕਸੌਟੀ ਸੋ ਸਹਿ ਜੋ ਮਰਜੀ ਵਾ ਹੋਏ ਜਿੰਨੀਆਂ ਕਸਵੱਟੀਆਂ ਲਾਈਆਂ ਉਹਦੇ ਚੋਂ ਪਾਸ ਹੋਏ ਸੋ ਗੁਰੂ ਅੰਗਦ ਦੇ ਮਹਾਰਾਜ ਦਾ ਅਵਤਾਰ ਦਿਹਾੜਾ ਕੱਲ੍ਹ ਨੂੰ ਹੈ 5 ਮਈ ਦਾ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਮਹਾਰਾਜ ਦਾ ਅਵਤਾਰ ਹੋਇਆ ਮੱਤੇ ਦੀ ਸਰਾਂ ਬਾਅਦ 'ਚ ਫਿਰ ਜਦੋਂ ਪਿੰਡ ਉੱਜੜ ਗਿਆ ਸੀ ਫਿਰ ਇੱਕ ਨਾਂਗੇ ਸਾਧੂ ਨੇ ਵਸਾਇਆ ਸੀ ਉਹਦਾ ਨਾਂ ਪੈ ਗਿਆ ਨਾਂਗੇ ਦੀ ਸਰਾਂ ਸਰਾਏ ਨਾਂਗਾ ਉੱਥੋਂ ਦਾ ਮੁੱਖ ਮੰਤਰੀ ਵੀ ਹੋਇਆ ਹਰਚਰਨ ਬਰਾੜ 1995 ਦੇ ਵਿੱਚ ਬਣੇ ਸੀ ਸਰਾਏ ਨਾਂਗਾ ਉੱਥੇ ਗੁਰੂ ਅੰਗਦ ਸਾਹਿਬ ਦਾ ਜਨਮ ਸਥਾਨ ਹੈ ਸੋ ਫਿਰ ਗੁਰੂ ਤਾਂ ਗੱਦੀ ਮਿਲੀ ਫਿਰ ਖੰਡੂਰ ਸਾਹਿਬ ਜੋਤ ਜਗਾਈ ਸੋ ਇਸ ਕਰਕੇ ਗੁਰੂ ਸਾਹਿਬਾਨਾਂ ਨੇ ਕੀ ਸੁਨੇਹਾ ਦਿੱਤਾ ਕਿ ਕੋਈ ਕਿਤੇ ਭਟਕਦਾ ਫਿਰੇ ਜਿੰਨਾ ਸਮਾਂ ਪੂਰੇ ਗੁਰੂ ਦੀ ਸ਼ਰਨ 'ਚ ਨਹੀਂ ਆਉਂਦਾ ਉਹਨੂੰ ਸ਼ਾਂਤੀ ਨਹੀਂ ਮਿਲਦੀ ਆਓ ਸਮਾਂ ਹੋਲਿਆ ਹੁਣ ਆਪਾਂ ਆਨੰਦ ਸਾਹਿਬ ਦੀ ਬਾਣੀ ਦਾ ਪਾਠ ਕਰਾਂਗੇ ਉਪਰੰਤ ਅਰਦਾਸ ਫਿਰ ਹੁਕਮਨਾਮੇ ਜਿੱਥੇ ਅੱਜ ਸੰਗਤ ਆਈ ਆ ਉੱਥੇ ਸਾਡੇ ਸਤਿਕਾਰਯੋਗ ਮਾਤਾ ਜੀ ਆਏ ਨੇ ਮਾਤਾ ਹਰਜੀਤ ਕੌਰ ਜੀ ਢੀਂਡਸਾ ਉਹਨਾਂ ਦੇ ਨਾਲ ਬੀਬੀ ਵਿਰਕ ਆਏ ਨੇ ਸਮਾਂ ਬੜਾ ਤੇਜ਼ੀ ਨਾਲ ਗੁਜ਼ਰਦਾ 5 ਸਾਲ ਪਤਾ ਹੀ ਨਹੀਂ ਕਦੋਂ ਲੰਘ ਗਏ 2014 'ਚ ਸਾਡੇ ਨਾਲ ਮਾਤਾ ਜੀ ਰਹੇ ਕੋਈ ਐਸਾ ਪਿੰਡ ਨਹੀਂ ਕਿਉਂਕਿ ਇਸ ਵਾਰੀ ਸਾਨੂੰ ਵਿਦੇਸ਼ ਜਾਣਾ ਪੈ ਗਿਆ ਇੰਗਲੈਂਡ 1 ਮਹੀਨਾ ਉੱਧਰ ਲੱਗ ਗਿਆ ਕੋਈ ਐਸਾ ਪਿੰਡ ਨਹੀਂ ਜਿਹੜਾ ਛੱਡਿਆ ਹੋਵੇ ਹਰ ਪਿੰਡ 'ਚ ਦੀਵਾਨ ਸਾਰਾ ਲਹਿਰੇ ਗਾਗੇ ਦਾ ਏਰੀਆ ਅੱਜ ਕੰਮ ਦੀ ਰੁੱਤ ਹੈ ਤਾਂ ਕਰਕੇ ਥੋੜ੍ਹਾ ਸੰਗਤ ਵੀ ਘੱਟ ਆਈ ਹੈ ਪਰ ਇੱਕ ਗੱਲ ਅਸੀਂ ਕਹਾਂਗੇ ਸਾਡਾ ਕਿਸੇ ਕੋਈ ਪਾਰਟੀ ਨਾਲ ਸੰਬੰਧ ਨਹੀਂ ਪਰ ਜੋ ਪਰਵਿੰਦਰ ਸਿੰਘ ਢੀਂਡਸਾ ਨੇ ਉਹ ਇੱਕ ਬਹੁਤ ਵਧੀਆ ਇਨਸਾਨ ਨੇ ਸਾਧ ਸੰਗਤ ਜੀ ਇਨਸਾਨੀਅਤ ਬਹੁਤ ਹੈ ਉਹਨਾਂ 'ਚ ਕੋਈ ਮਿਲੇ ਪਿਆਰ ਨਾਲ ਮਿਲਣਾ ਰਾਤ ਨੂੰ ਦਿਨੇ ਜਦੋਂ ਵੀ ਕੋਈ ਮਿਲਦਾ ਪਿਆਰ ਨਾਲ ਕੋਈ ਅਹੁਦੇ ਦਾ ਮਾਣ ਨਹੀਂ ਖਜ਼ਾਨਾ ਮੰਤਰੀ ਪੰਜਾਬ ਦੇ ਰਹੇ ਕਿਉਂਕਿ ਸਾਡਾ ਇਹ ਆਪਣਾ ਪਰਿਵਾਰ ਹੈ ਇਕੱਲੇ ਵੋਟਾਂ ਕਰਕੇ ਨਹੀਂ ਆਉਂਦੇ ਮਾਤਾ ਜੀ ਉਰੇ ਪਰਵਿੰਦਰ ਜੀ ਆਉਂਦੇ ਹੀ ਰਹਿੰਦੇ ਨੇ ਇਹਨਾਂ ਦਾ ਸਾਡਾ ਆਪਣਾ ਪਰਿਵਾਰ ਹੈਗਾ ਸੋ ਇਸ ਕਰਕੇ ਸਾਧ ਸੰਗਤ ਭਾਵੇਂ ਉਹ ਆਜ਼ਾਦ ਵੀ ਖੜੇ ਹੋਣ ਅਸੀਂ ਤਾਂ ਵੀ ਉਹਨਾਂ ਦੀ ਜਿਹੜੀ ਮਦਦ ਹੈ ਕਰਾਂਗੇ ਕਾਰਨ ਕੀ ਹੈ ਉਹਨਾਂ 'ਚ ਇਨਸਾਨੀਅਤ ਹੈ ਹਰ ਇੱਕ ਦਾ ਦੁੱਖ ਸੁੱਖ ਨਹੀਂ ਤਾਂ ਕੋਈ ਮੰਤਰੀ ਬਣ ਜਾਵੇ ਬੜੇ ਆਉਂਦੇ ਨੇ ਇੱਥੇ ਸਾਰੀ ਆਉਂਦੇ ਨੇ ਸਾਰੀਆਂ ਪਾਰਟੀਆਂ ਦੇ ਵੱਡੇ ਵੱਡੇ ਪਹਿਲਾਂ ਗੋਡੇ ਘੁੱਟਦੇ ਰਹਿੰਦੇ ਆ ਵੋਟਾਂ ਤੋਂ ਪਹਿਲਾਂ ਬਾਅਦ 'ਚ ਜੇ ਸੰਗਤਾਂ ਜਾਂਦੀਆਂ ਨੇ ਫਿਰ ਕੰਮ ਨਹੀਂ ਕਰਦੇ ਫਿਰ ਫਾਇਦਾ ਕੀ ਫਿਰ ਇੱਦਾਂ ਦੇ ਲੀਡਰਾਂ ਦਾ ਸਾਧ ਸੰਗਤ ਇੱਕ ਪਰਵਿੰਦਰ ਸਿੰਘ ਢੀਂਡਸਾ ਨੇ ਜਦੋਂ ਖਜ਼ਾਨਾ ਮੰਤਰੀ ਸੀ ਜਿਹੜੀ ਵੀ ਸੰਗਤ ਇੱਥੋਂ ਜਾਂਦੀ ਜਿਹੜੀ ਵੀ ਡਿਊਟੀ ਲੱਗਦੀ ਉਹਨਾਂ ਨੇ ਉਹੀ ਡਿਊਟੀ ਨਿਭਾਉਣੀ ਹਰ ਵਚਨ ਮੰਨਣਾ ਕਦੇ ਸਾਡਾ ਵਚਨ ਉਹਨਾਂ ਨੇ ਮੋੜਿਆ ਨਹੀਂ
ਇਲਾਕੇ ਦੇ ਵਿੱਚੋਂ ਕੋਈ ਵੀ ਜਾਂਦਾ, ਅਮੀਰ ਗਰੀਬ ਚਾਹੇ ਦੂਜੀ ਪਾਰਟੀ ਦਾ ਵੀ ਚਲਿਆ ਜਾਵੇ, ਨੇਚਰ ਇੰਨੀ ਚੰਗੀ ਹੈ, ਸੁਭਾਅ ਇੰਨਾ ਵਧੀਆ। ਸੋ ਇਸ ਕਰਕੇ ਇਹੋ ਜਿਹੇ ਗੁਰਮੁਖ ਪਿਆਰੇ ਜਿਹੜੇ ਆ ਨਾ, ਉਹਨਾਂ ਦੀ ਮਦਦ ਕਰਨਾ ਫਰਜ਼ ਬਣਦਾ। ਕਿਉਂਕਿ ਨੇੜੇ ਆ ਇੱਥੋਂ ਬੀਂਬੜ ਤੋਂ ਮਾਝਾ ਮਾਝੀ ਸਾਰਾ ਇਲਾਕਾ ਸੰਗਰੂਰ 'ਚ ਹੀ ਪੈ ਗਿਆ। ਆ 1 ਕਿਲੋਮੀਟਰ ਇੱਥੋਂ ਬੀਂਬੜ ਹੈ, ਸੰਗਰੂਰ ਜ਼ਿਲ੍ਹਾ ਇੱਥੋਂ ਸ਼ੁਰੂ ਹੋ ਜਾਂਦਾ। ਇਸ ਕਰਕੇ ਭਾਈ ਜਿਹੜਾ ਲੀਡਰ 5 ਸਾਲ ਮੂੰਹ ਨਾ ਦਿਖਾਵੇ, ਆਵੇ ਨਾ, ਕਿਸੇ ਦਾ ਕੰਮ ਨਾ ਕਰੇ, ਉਹਨੂੰ ਵੋਟਾਂ ਪਾ ਕੇ ਕਰਨਾ ਕੀ ਹੈ। ਇਸ ਕਰਕੇ ਐਸੇ ਗੁਰਮੁਖ ਪਿਆਰਿਆਂ ਦੀ ਮਦਦ ਕਰੋ, ਸਤਿਗੁਰੂ ਮਿਹਰ ਕਰਨ। ਜਿਹੜੀ ਬੇਅਦਬੀ ਗੁਰੂ ਗ੍ਰੰਥ ਸਾਹਿਬ ਦੀ ਹੋਈ ਹੈ, ਸਾਰਿਆਂ ਨੂੰ ਪਤਾ, ਸਿਰਸੇ ਵਾਲੇ ਦੇ ਚੇਲਿਆਂ ਨੇ ਕੀਤੀ, ਉਹ ਫੜੇ ਗਏ। ਹੁਣ ਵੀ ਆ ਇੱਕ ਸੰਗਰੂਰ ਦੇ ਨੇੜੇ ਹੈ ਪਿੰਡ, ਉੱਥੋਂ ਦਾ ਉਹ ਪਖੰਡੀ ਦੀ ਤੁਲਨਾ ਗੁਰੂ ਗੋਬਿੰਦ ਸਿੰਘ ਨਾਲ ਕਰੀ ਜਾਂਦਾ। ਦੇਖੋ ਜੈਸੀ ਕਰਨੀ ਵੈਸੀ ਭਰਨੀ, ਉਹ ਪਖੰਡੀ ਸਿਰਸੇ ਵਾਲਾ ਜਿਹੋ ਜਿਹਾ ਉਹ ਪਖੰਡ ਕਰਦਾ ਸੀ, ਜੇਲ੍ਹ 'ਚ ਬੈਠਾ ਭਰ ਰਿਹਾ, ਕੋਈ ਜ਼ਮਾਨਤ ਨਹੀਂ ਹੋਣੀ, ਉੱਥੇ ਹੀ ਮਰ ਮੁਰਜੂਗਾ। ਇਹ ਤਾਂ ਕਰਨੀਆਂ ਦੇ ਫਲ ਨੇ, ਭੁਗਤਣੇ ਪੈਂਦੇ। ਸੋ ਇਸ ਕਰਕੇ ਅਰਦਾਸ ਤੋਂ ਬਾਅਦ ਮਾਤਾ ਜੀ ਨੇ 2 ਮਿੰਟ ਬੋਲਣਾ, ਲਾਈਵ ਚੱਲ ਰਿਹਾ ਸਾਰੇ ਪਾਸੇ, ਪਿਆਰ ਨਾਲ ਬਹਿ ਕੇ ਸੁਣਨਾ, ਫਿਰ ਦੇਗ ਵਰਤੇਗੀ। ਫਿਰ ਦੇਗ ਵਰਤਣ ਤੋਂ ਬਾਅਦ ਆਪਾਂ ਮਹਾਰਾਜ ਦਾ ਸੁਕਾਸਨ ਕਰਨਾ, ਫਿਰ ਆਪਾਂ ਨੇ ਜਾਣਾ ਲੰਗਰ ਛੱਕ ਕੇ। ਸਾਰੀ ਸੰਗਤ ਨੇ, ਅੱਜ ਬਹੁਤ ਸਾਰੀਆਂ ਸੰਗਤਾਂ ਤੂੜੀ ਚੱਕ ਰਹੀਆਂ ਨੇ, ਕੰਮਾਂ 'ਚ ਰੁੱਝੀਆਂ ਹੋਈਆਂ ਨੇ, ਸੰਗਤਾਂ ਨਹੀਂ ਆ ਸਕੀਆਂ। ਅਗਲੀ ਮੱਸਿਆ 3 ਜੂਨ ਦੀ ਹੈ। ਸਾਡੇ ਬਹੁਤ ਹੀ ਸਤਿਕਾਰਯੋਗ ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਂ ਵਾਲਿਆਂ ਦਾ ਜੂਨ ਦੇ ਵਿੱਚ ਆਪਾਂ ਸ਼ਹੀਦੀ ਦਿਹਾੜਾ ਮਨਾਉਣੇ ਹੁੰਦੇ ਹਾਂ। 3 ਜੂਨ ਨੂੰ ਇੱਥੇ ਸ਼ਹੀਦੀ ਦਿਹਾੜਾ ਮਨਾਇਆ ਜਾਣਾ, ਵੱਧ ਚੜ੍ਹ ਕੇ ਸੰਗਤਾਂ ਨੇ ਆਉਣਾ। ਇਹ ਆਵਾਜ਼ੇ ਕੌਮ TV ਆ ਜਿਹੜਾ, ਸਾਡੇ ਬਹੁਤ ਪਿਆਰ ਵਾਲੇ ਨੇ ਸਰਦਾਰ ਰਘਵੀਰ ਸਿੰਘ ਜੀ, ਇੰਗਲੈਂਡ ਵਿੱਚ ਰਹਿੰਦੇ ਆ। ਇਹ ਉਹਨਾਂ ਦੀ ਟੀਮ ਆਈ ਹੈ, ਉਹ ਲਾਈਵ ਕਰਦੇ ਨੇ, ਸਾਰੀ ਦੁਨੀਆ 'ਚ ਲਾਈਵ ਜਾਣਾ। ਇਸ ਕਰਕੇ ਅਗਲੀ ਮੱਸਿਆ 'ਤੇ ਵੀ ਲਾਈਵ ਕਰਨਗੇ, ਜਦੋਂ ਬਾਬਾ ਜੀ ਦਾ ਸ਼ਹੀਦੀ ਦਿਹਾੜਾ ਆਪਾਂ ਮਨਾਵਾਂਗੇ। ਸਤਿਗੁਰੂ ਮਿਹਰ ਕਰਨ, ਆਓ ਹੁਣ ਆਪਾਂ ਆਨੰਦ ਸਾਹਿਬ ਦਾ ਜਿਹੜਾ ਪਾਠ ਕਰੀਏ। ਜੋ ਤੁਸੀਂ ਪੈਸੇ ਰੱਖਦੇ ਹੋ ਨਾ, ਕੋਈ 10 ਰੁਪਈਏ, ਕੋਈ 100 ਰੁਪਈਆ, ਇਹ ਸਾਰਾ ਸੇਵਾ 'ਚ ਲੱਗਦਾ, ਔਰ ਇਹ ਲੰਗਰ ਚੱਲਦਾ 24 ਘੰਟੇ। ਹੋਰ ਵੀ ਜਿਹੜੀ ਸੰਗਤ ਬੈਠੀ ਹੈ, ਸਾਰੇ ਥੋੜ੍ਹਾ ਥੋੜ੍ਹਾ ਯੋਗਦਾਨ ਪਾ ਕੇ ਜਾਇਓ। ਹੁਣ ਆਨੰਦ ਸਾਹਿਬ ਦਾ ਪਾਠ, ਉਪਰੰਤ ਅਰਦਾਸ ਹੁਕਮਨਾਮੇ। ਅਰਦਾਸ ਹੋਵੇਗੀ, ਭਾਈ ਸਰਬਜੀਤ ਸਿੰਘ ਜੀ ਹੁਕਮਨਾਮੇ ਲੈਣਗੇ। ਅਰਦਾਸ ਜਿਹੜੀ ਹੈ ਭਾਈ ਮਨਵੀਰ ਸਿੰਘ ਕਰ ਦੇਣ, ਭਾਈ ਸਰਬਜੀਤ ਸਿੰਘ ਹੁਕਮਨਾਮਾ ਲੈਣਗੇ। ਰਾਮਕਲੀ ਮਹੱਲਾ 3, ਆਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦ, ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਖੀ ਮਨ ਵਜੀਆਂ ਹਰਾਇਆ, ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਇਆ, ਸ਼ਬਦ ਤਾਂ ਲਵੋ ਹਰੀ ਕੇ ਰਾਮ ਜੀ ਬਸਾਇਆ, ਮੈਂ ਨਾਨਕ ਨੰਦ ਹੋਆ ਸਤਿਗੁਰੁ ਸਾਇਆ, ਮਨ ਮੇਰਿਆ ਤੂੰ ਸਦਰ ਹੋ ਹਰ ਨਾਲੇ, ਮੇਰੇ ਦੁੱਖ ਸਭ ਸਾਰਾ ਕੀ ਕਰੇ ਤੇਰਾ ਸਭ ਸਵਾਰਨਾ।
ਮੰਗਲਾ ਸਮਰਥ ਸੁਆਮੀ ਦੋਨੋਂ ਮਨੋ ਬਸਾਰੇ ਕਹਿ ਨਾਨਕ ਮਨ ਤੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬ ਕਿਆ ਨਹੀਂ ਕਰਤੇ ਰੇ ਕਰਤਾ ਤੇਰਾ ਨਾਮ ਜਿਸਦੇ ਸੋ ਪਾਵੇ ਅਲਾ ਸਿਮਰ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਰੇ ਰੇ ਕਨਕ ਸਚੇ ਸਾਹਿਬ ਕਿਆ ਨਹੀਂ ਕਰਤੇ ਰੇ ਸਾਚਾ ਨਾਮ ਤੇਰਾ ਪ੍ਰਸਾਦ ਸੁਖ ਬਣਿਆ ਵਸਿਆ ਜਾਇਆ ਸਦਾ ਗੁਰਮਾਨਿਕ ਤਾਂ ਗੁਰ ਵਿੱਚੋਂ ਜਿਸਦੀਆਂ ਨੇ ਵਡਿਆਈਆਂ ਸੰਤੋ ਸੰਤੋ ਵਾਜੇ ਪੰਜ ਸ਼ਬਦ ਦਿੱਤਾ ਪਾਕੇ ਸ਼ਬਦ ਵਾਜੇ ਕੀਤੇ ਕਾਲ ਕੰਠ ਤੁਮਾਰਿਆ ਗੁਰ ਕਰਮ ਕਰਮ ਪਾਇਆ ਤੁਜਨ ਕੋਸੇ ਨਾਮ ਹਰਿ ਕੈ ਲਾਗੇ ਕਹਿ ਨਾਨਕ ਤਹਿ ਸੁਖ ਹੋਆ ਤਿਸ ਕਰਿ ਅਨਹਦਿ ਆਨੰਦ ਸੁਣੋ ਬੜ ਪਾਕੀਓ ਸਗਲ ਮਨੋਰਥ ਪੂਰੇ ਔਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਦੋਰੇ ਸੂਤ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਦੇ ਪੂਰੇ ਗੁਰ ਕੇ ਜਾਣੀ ਤੇ ਪਨੀਕ ਕਹਤੇ ਪਵਿੱਤ ਸਤਗੁਰ ਰਿਹਾ ਪਰ ਪੂਰੇ ਬਿਰਵੰਤ ਨਾਨਕ ਗੁਰ ਚਰਨ ਲਾਗੇ ਵਾਗੇ ਅਨਹਦ ਪੂਰੇ ਸੁਣੋ ਬਾਪੂ ਤਰਤ ਮਹਾਤਮਾ ਦਿਵਸ ਰਾਤ ਦੁਇਦਾਈ ਦਾਇਆ ਖੇਲੇ ਸਗਲ ਜਗਤ ਗੰਗਿਆਈਆਂ ਮੁਰਿਆਈਆਂ ਬਾਚੇ ਧਰਮ ਹਦੂਰ ਕਰਦੇ ਆਪੋ ਆਪਣੇ ਕਿਹੜੇ ਨਗਰ ਦੂਰ ਜਿੰਨੀ ਨਾਮ ਤੇ ਆਇਆ ਗੈਨ ਸ਼ਕਤ ਕਾਲ ਨਾਨਕ ਦੇ ਮੁਖ ਉਜਲੇ ਗੱਡੀ ਸੁਤੇ ਨਾਲ ਬੁੱਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਤੁਹਾਡਾ ਗੁਰ ਤੁਮ
ਬੋਲਣਾ ਜੀ ਸਤਨਾਮ ਸ਼੍ਰੀ ਵਾਹਿਗੁਰੂ 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 ਸਾਹਿਬ ਜੀਓ ਤਿੰਨੇ ਤਾਪ ਨਿਵਾਰਨ ਹਾਰਾ ਦੁਖੰਤਾ ਸੁਖਰਾਸ ਤਾਂ ਕੋ ਵਿਘਨ ਨਾ ਕੋ ਲਾਗੈ ਜਾ ਕੀ ਪ੍ਰਵਾਗੈ ਅਰਦਾਸ ਅਰਦਾਸ ਇੱਕੋ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਿਮਰਕੈ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸਾਂ ਹੋਏ ਸਹਾਏ ਅਰਜਨ ਹਰਗੋਬਿੰਦ ਨਾਉ ਸਿਮਰੋ ਸ਼੍ਰੀ ਹਰਾਏ ਸ਼੍ਰੀ ਹਰਿ ਕ੍ਰਿਸ਼ਨ ਜੀ ਧਿਆਈ ਹੈ ਜਿਸ ਡੱਠੇ ਸਭ ਦੁਖ ਜਾਏ ਗੁਰ ਤੇਗ ਬਹਾਦਰ ਸਿਮਰੀ ਹੈ ਘਰ ਨਾ ਉਹਨਾਂ ਦੇ ਆਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਏ ਦਸਾਂਹੀ ਪਾਤਸ਼ਾਹਾਂ ਦੀ ਜਾਗਦੀ ਜੋਤ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਆਪ ਜੀਆਂ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਆਪ ਜੀ ਦਾ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਗ ਸੁਣ ਕੇ ਅੰਡਿਟ ਕੀਤਾ ਤਿੰਨਾਂ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪੜੀਆਂ ਲੋਹੀਆਂ ਚਰਖੀਆਂ ਤੇ ਚੜ੍ਹੇ ਤਾਂ ਨਾਰਿਆਂ ਨਾਲ ਚਰਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਇਹਨਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਚਿੱਤਿਆ ਵੈ ਚਿੱਤਿਆ ਮਨ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਿਛਾ ਰਿਆਇ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੀ ਬੋਲ ਵਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਸਾਹੁ ਦਾਨ ਭੋਸਾ ਦਾਨ ਦਾਨਾ ਸਿਰਦਾਨ ਸ਼੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਮੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਾਨੀਵਾ ਮਤ ਉੱਚੀ ਮਤ ਪਤ ਦੇ ਰੱਖੇ ਆਪ ਅਕਾਲ ਪੁਰਖ ਵਾਹਿਗੁਰੂ ਜੀ ਓਹੇ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸਮੂਹ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਆਪ ਜੀ ਦੇ ਪੰਥ ਨੂੰ ਵਿਛੋੜਿਆ ਗਿਆ ਹੈ ਜੀ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਆਪਣੇ ਪਿਆਰੇ ਖਾਲਸਾ ਜੀ ਨੂੰ ਬਖਸ਼ਣਾ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਆਪ ਜੀ ਦੇ ਚਰਨਾਂ ਕਮਲਾਂ ਚ ਅਰਦਾਸ ਬੇਨਤੀ ਜੋਧਰੀ ਸੱਚੇ ਪਾਤਸ਼ਾਹ ਜੀਓ ਹਰ ਮਹੀਨੇ ਦੀ ਧਾਰਾ ਇਸ ਮਹੀਨੇ ਵੀ ਮੱਸਿਆ ਦੇ ਦਿਹਾੜੇ ਨੂੰ ਮੁੱਖ ਰੱਖਦਿਆਂ ਮਹਾਂਪੁਰਸ਼ਾਂ ਪਾਸੋਂ ਦੀਵਾਨ ਸਜਾਏ ਗਏ ਸਜੇ ਦੀਵਾਨਾਂ ਵਿੱਚ ਕਥਾ ਕੀਰਤਨ ਵਿਚਾਰਾਂ ਹੋਈਆਂ ਬਾਣੀ ਪੜ੍ਹਦਿਆਂ ਕੋਲੋਂ ਕੀਰਤਨ ਕਰਦਿਆਂ ਕੋਲੋਂ ਇੱਕ ਨਹੀਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਹੁਣ ਤਾਈਆਂ ਰਹਿਗੀਆਂ ਅਣਜਾਣ ਬੱਚੇ ਹਾਂ ਮਾਫ਼ ਕਰ ਦੇਣੀਆਂ ਗੋਵਾ ਤੇ ਸ਼ੁੱਧ ਗੁਰਬਾਣੀ ਪੜ੍ਹਨ ਦੀ ਸ਼ੁੱਧ ਸੇਵਾ ਕਰਨ ਦੀ ਸ਼ੁੱਧ ਕੀਰਤਨ ਕਰਨ ਦੀ ਬਲ ਬੁੱਧੀ ਸਮਰੱਥਾ ਬਖਸ਼ਿਸ਼ ਕਰਨੀ ਸੱਚੇ ਪਾਤਸ਼ਾਹ ਜੀਓ ਆਪ ਜੀ ਨੇ ਕਿਰਪਾ ਕਰਨੀ ਦੂਰੋਂ ਨੇੜਿਓਂ ਆਈਆਂ ਚੱਲ ਕੇ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਤਿਲ ਫੁੱਲ ਭੇਟਾਵਾਂ ਦਰ ਪਰਿਵਾਰ ਕਰਨੀਆਂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨੀ ਸੰਗਤਾਂ ਤੇ ਮਿਹਰ ਭਰਿਆ ਹੱਥ ਰੱਖਣਾ ਮਹਾਂਪੁਰਸ਼ਾਂ ਤੇ ਮਿਹਰ ਭਰਿਆ ਹੱਥ ਰੱਖਣਾ ਸੱਚੇ ਪਾਤਸ਼ਾਹ ਜੀ ਆਪ ਜੀ ਨੇ ਕਿਰਪਾ ਕਰਨੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਨਿੰਦਿਆ ਚੁਗਲੀ ਵਿਸ਼ੇ ਵਿਕਾਰ ਬੁਰੇ ਕੰਮਾਂ ਤੋਂ ਬਚਾ ਕੇ ਰੱਖਣਾ ਸੱਚੇ ਪਾਤਸ਼ਾਹ ਜੀ ਉਹ ਸੰਗਤਾਂ ਦੇ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਪਾਵਨ ਲੰਗਰਾਂ ਵਿੱਚੋਂ ਸੱਚੇ ਪਾਤਸ਼ਾਹ ਜੀ ਉਹ ਪੰਚਮ ਕੜਾਹ ਪ੍ਰਸ਼ਾਦ ਦੀਆਂ ਦੇਗਾਂ ਸੱਜ ਕੇ ਹਾਜ਼ਰ ਕੀਤੀਆਂ
ਭੋਗ ਲਾਭ ਸੱਚੇ ਪਾਤਸ਼ਾਹ ਜੀ ਲੱਗਿਆ ਭੋਗ ਸੰਗਤ ਵਿੱਚ ਵਰਤੇ ਜੋ ਜੀ ਛਕਿਆ ਆਪ ਜੀ ਦਾ ਨਾਮ ਸਤਨਾਮ ਸ੍ਰੀ ਵਾਹਿਗੁਰੂ 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 ਜਪੇ। ਕਿਰਪਾ ਕਰੋ ਇਲਾਹੀ ਦਰਗਾਹੀ ਹੁਕਮਨਾਮੇ ਵਖ ਕੇ ਸੰਗਤਾਂ ਨੂੰ ਕਿਰਤਾਰਥ ਕਰੋ, ਹੁਕਮਨਾਮੇ ਤੇ ਚੱਲਣ ਦੀ ਬਲ ਬੁੱਧੀ ਸਮਰੱਥਾ ਬਖਸ਼ ਕਰੋ, ਸਹੀ ਗੁਰਮੁਖ ਪਿਆਰਾਂ ਦਾ ਮੇਲ ਕਰਾਓ, ਜਿਨ੍ਹਾਂ ਨੇ ਮਿਲਿਆ ਤੇਰਾ ਨਾਮ ਚਿੱਤਿਆ ਵੈ ਧੰਨ ਸ੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾਇਆ ਗਿਆ ਭਈ ਅਕਾਲ ਕੀ ਤਵੇ ਚਲਾਇਓ, ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲਵੋਚ ਹੈ। ਖੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ, ਆਕੀ ਰਹਿ ਨਾ ਖੁਆਰ ਹੋਏ ਸਭ ਮਿਲੈਗੇ ਬਚੇ ਸ਼ਰਨ ਜੋ। ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ, ਜੋ ਸ਼ਰਧਾ ਕਰ ਸੇਵੰਦੇ ਗੁਰ ਪਾਰ ਉਤਾਰਨ, ਜੋ ਸ਼ਰਧਾ ਕਰ ਸੇਵੰਦੇ ਵਾਹਿਗੁਰੂ ਪਾਰ ਉਤਾਰਨ। ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹਿ ਸੇਵਕ ਜਨ ਮਨ, ਪ੍ਰਤੱਖ ਗੁਰੂ ਨਿਸਤਾਰੇ, ਸੁੱਖ ਹੋਟਲ ਗੁਰ ਸੇਵੀਐ। ਗੁਰੂ ਕੈ ਜਨਮ ਮਰਨ ਦੁੱਖ ਜਾਏ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਧਨਾਸਰੀ ਮਹੱਲਾ ਪੰਜਵਾਂ, ਜਿਸ ਕਾ ਤਨ ਮਨ ਧਨ ਸਭ ਤਿਸ ਕਾ, ਸੋਈ ਸੁਗੜ ਸੁਜਾਨੀ, ਤਿਨਹੀ ਸੁਣਿਆ ਦੁੱਖ ਸੁਖ ਮੇਰਾ, ਤਉ ਪਿਤ ਨੇਕੀ ਖਟਾਨੀ। ਜਿਸ ਕਾ ਤਨ ਮਨ ਧਨ ਸਭ ਤਿਸ ਕਾ, ਸੋਈ ਸੁਗੜ ਸੁਜਾਨੀ, ਤਿਨਹੀ ਸੁਣਿਆ ਦੁੱਖ ਸੁਖ ਮੇਰਾ,
ਤਾਵਿਦ ਨਿਕੀ ਖਟਾਨੀ ਜੀ ਕੀ ਇੱਕ ਹੀ ਪਹਿਮਾਨੀ ਅਵਰ ਜਤਨ ਕਰ ਰਹੇ ਬਹੁ ਤੇਰੇ ਤਿਨ ਤਿਲ ਨਹੀਂ ਕੀਮਤ ਜਾਨੀ ਰਹਾਉ ਅੰਮ੍ਰਿਤ ਨਾਮ ਨਿਰਮੋਲ ਕਹੀਰਾ ਗੁਰ ਦੀਨੋ ਮੰਤਾਨੀ ਡਿੱਗੈ ਨਾ ਡੋਲੈ ਦ੍ਰਿੜ ਕਰ ਰਹੇ ਹੋ ਪੂਰਨ ਹੋਏ ਤ੍ਰਿਪਤਾਨੀ ਓਏ ਜੋ ਬੀਚ ਹਮ ਤੁਮ ਕਛ ਹੋਤੇ ਤਿਨ ਕੀ ਬਾਤ ਬਿਲਾਨੀ ਅਲੰਕਾਰ ਮਿਲ ਥੈਲੀ ਹੋਈ ਹੈ ਤਾਤੇ ਕਨਕ ਬਖਾਨੀ ਪ੍ਰਗਟਿਓ ਜੋਤ ਸਹਿਜ ਸੁਖ ਸੋਭਾ ਬਾਜੇ ਅਨਹਤ ਬਾਣੀ ਕਹੁ ਨਾਨਕ ਨਿਹ ਚਲ ਘਰ ਬਾਦੇਓ ਗੁਰ ਕੀਓ ਬੰਦਾਨੀ ਪ੍ਰਗਟਿਓ ਜੋਤ ਸਹਿਜ ਸੁਖ ਸੋਭਾ ਬਾਜੇ ਅਨਹਤ ਬਾਣੀ ਕਹੁ ਨਾਨਕ ਨਿਹ ਚਲ ਕਰ ਬਾਦੇਓ ਗੁਰ ਕੀਓ ਬੰਦਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੁਆਈਆਂ ਸੰਗਤਾਂ ਦਾ ਕੋਟਾਨ ਕੋਟ ਧੰਨਵਾਦ। ਸੋ ਭਾਈ ਅੱਜ ਇੱਥੇ ਬੀਬੀ ਹਰਜੀਤ ਕੌਰ ਢੇਡ ਸਾਹਿਬ ਜੀ ਉਹ ਵੀ ਆਪਣੇ ਵਿੱਚ ਅੱਜ ਪਹੁੰਚ ਚੁੱਕੇ ਨੇ। ਸੋ ਭਾਈ ਉਹ ਵੀ ਸੰਗਤਾਂ ਨਾਲ ਦੋ ਵਚਨ ਸਾਂਝੇ ਕਰਨਗੇ। ਬੀਬੀ ਹਰਜੀਤ ਕੌਰ ਜੀ ਢੇਡ ਸਾਹਿਬ ਅੱਜ ਆਪਾਂ ਇੱਥੇ ਕੜੁੱਕੀ ਪਿੰਡ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਸਾਰੇ ਇਕੱਠੇ ਹੋਏ ਹਾਂ। ਬਾਬਾ ਸੁਰਜੀਤ ਸਿੰਘ ਜੀ ਮੇਰੀ ਉਹ ਭੈਣ ਹੋ, ਮੇਰੀ ਉਹ ਬੀਬੀ ਹੋ, ਭਰਾ ਹੋ, ਬੱਚੇ ਹੋ, ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਾਬਾ ਸੁਰਜੀਤ ਸਿੰਘ ਜੀ ਇੱਕ ਐਸੀ ਹਸਤੀ ਨੇ ਜਿਨ੍ਹਾਂ ਨੂੰ ਬਚਪਨ ਤੋਂ ਹੀ ਲਾ ਕੇ ਨਾਮ ਦੀ ਗੁੜਤੀ ਮਿਲੀ ਹੋਈ ਹੈ, ਜਿਹੜੇ ਆਪਾਂ ਨੂੰ ਸਾਰਿਆਂ ਨੂੰ
ਗੁਰਬਾਣੀ ਦੇ ਨਾਲ ਜੋੜ ਕੇ ਤਾਰ ਰਹੇ ਨੇ। ਕਿਉਂ? ਗੁਰਬਾਣੀ ਇਹੀ ਜੀ ਚੀਜ਼ ਹੈ ਜਿਹੜੀ ਨੂੰ ਪੜ੍ਹ ਕੇ ਸੁਣ ਕੇ ਆਪਣੇ ਜਨਮਾਂ ਜਨਮਾਂਤਰਾਂ ਦੇ ਪਾਪ ਕੱਟੇ ਜਾਂਦੇ ਨੇ, ਆਵਾਗਾਉਣ ਕੱਟੇ ਜਾਂਦੇ ਨੇ। ਆਪਾਂ ਸਾਰੇ ਭਾਗਾਂ ਵਾਲੇ ਹਾਂ ਜਿਹੜੇ ਆ ਕੇ ਇੱਥੇ ਆਪਾਂ ਨੇ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਨੇ। ਜੋ ਬਾਬਾ ਜੀ ਨੇ ਗੁਰੂ ਲਹਿਣਾ ਸਾਹਿਬ ਜੀ ਦੀ ਕਥਾ ਸੁਣਾਈ ਹੈ, ਗੁਰੂ ਨਾਨਕ ਦੇਵ ਜੀ ਦੀ ਵਿਆਖਿਆ ਦੱਸੀ ਹੈ, ਉਹ ਮਤਲਬ ਸੁਣ ਕੇ ਮਨ ਇਹ ਹੋ ਜਾਂਦਾ ਵੀ ਜੋ ਕੁਛ ਇੱਥੇ ਹੈ, ਆਪਾਂ ਤਾਂ ਇੰਨੀ ਬਾਹਰ ਧੱਦ ਪਿੱਟੇ ਫਿਰ ਖੇਡਦੇ ਫਿਰਦੇ ਹਾਂ, ਵੀ ਜੋ ਗੁਰੂ ਘਰ ਵਿੱਚ ਹੈ, ਜੋ ਗੁਰੂ ਗ੍ਰੰਥ ਸਾਹਿਬ ਵਿੱਚ ਹੈ, ਉਹਦੇ ਵਿੱਚ ਸਾਰੇ ਜਗਤ ਦਾ, ਸਾਰੀ ਦੁਨੀਆਂ ਦਾ ਸਮੇਲ ਹੈ। ਆਪਾਂ ਨੂੰ ਸਾਰਿਆਂ ਨੂੰ ਦੇਖੋ ਪਾਠ ਵੀ ਕਰਨਾ ਚਾਹੀਦਾ, ਬਾਣੀ ਵੀ ਪੜ੍ਹਨੀ ਚਾਹੀਦੀ ਹੈ, ਪਰ ਗੁਰੂ ਘਰ ਆ ਕੇ ਆਪਾਂ ਨੂੰ ਜਿਹੜਾ ਕੀਰਤਨ ਸੁਣੇ ਤੋਂ ਆਨੰਦ ਆਉਂਦਾ ਨਾ, ਉਹ ਆਪਾਂ ਜਦੋਂ ਬਾਣੀ ਵੀ ਪੜ੍ਹਦੇ ਹਾਂ ਉਦੋਂ ਓਨਾ ਆਨੰਦ ਨਹੀਂ ਆਉਂਦਾ ਜਿੰਨਾ ਆ ਕੇ ਇੱਥੇ ਆਨੰਦ ਆਉਂਦਾ। ਮੈਂ ਬਾਬਾ ਜੀ ਦਾ ਧੰਨਵਾਦ ਕਰਦੀ ਹਾਂ ਵੀ ਜਿਹੜੇ ਪਿੰਡਾਂ ਦੇ ਵਿੱਚ ਜਾ ਕੇ ਤੇ ਇੱਥੇ ਵੀ ਆਪਦਾ ਕੀਰਤਨ ਸ਼ਬਦ ਨਾਲ ਸਾਰਿਆਂ ਨੂੰ ਜੋੜਦੇ ਨੇ ਗੇ, ਇਹ ਬਹੁਤ ਭਾਗਸ਼ਾਲੀ ਆਪਣਾ ਟਾਈਮ ਹੁੰਦਾ ਹੈਗਾ। ਸੋ ਤੁਸੀਂ ਜਿੰਨੇ ਵੀ ਇੱਥੇ ਆਏ ਹੋ ਸਾਰਿਆਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੁਣ ਭਾਈ ਬੀਬੀ ਹਰਜੀਤ ਕੌਰ ਦੀ ਸਾਜ ਨੂੰ ਬਾਬਾ ਜੀ ਵੱਲੋਂ ਸਰਪੌ ਦੀ ਬਖਸ਼ਿਸ਼ ਹੋਏਗੀ, ਤੇ ਨਾਲ ਹੀ ਬੀਬੀ ਬਿਰਕ ਕੌਰ ਜੀ ਬਿਰਕ ਉਹ ਵੀ ਮਾਤਾ ਜੀ ਸਟੇਜ ਤੇ ਆਉਣ ਤੇ ਆਪਣਾ ਭਾਈ ਸਰਪੌ ਪ੍ਰਾਪਤ ਕਰਨ। ਬੋਲੇ ਸੋ ਨਿਹਾਲ ਸੋ ਭਾਈ ਬੱਟੜਿਆਣੇ ਤੋਂ ਬੋਲੇ ਸੋ ਨਿਹਾਲ। ਸੋ ਭਾਈ ਬੱਟੜਿਆਣੇ ਤੋਂ ਇੱਕ ਬੱਚੀ ਆਈ ਹੈ ਜੋ ਕਿ ਦਸਵੀਂ ਕਲਾਸ ਤੋਂ ਪੰਜਾਬ ਚੋਂ 23ਵੇਂ ਨੰਬਰ ਸਥਾਨ ਤੇ ਆਈ ਹੈ ਭਾਈ। ਸੋ ਬੱਚੀ ਨੂੰ ਬੇਨਤੀ ਹੈ ਕਿ ਭਾਈ ਬਾਬੇ ਸਰੂਪਾ ਪ੍ਰਾਪਤ ਕਰੋ ਜੀ। ਬੋਲੇ ਸੋ ਨਿਹਾਲ। ਸੇ ਬੱਚੀ ਭਾਈ ਬੱਟੜਿਆਣ ਤੋਂ ਹੈ ਜੋ ਕਿ ਦਸਵੀਂ ਕਲਾਸ ਚੋਂ ਪੰਜਾਬ ਤੋਂ 23ਵੇਂ ਨੰਬਰ ਤੇ 23ਵੇਂ ਸਥਾਨ ਤੇ ਰਹੀ ਹੈ। ਸੋ ਅਈਆਂ ਸੰਗਤਾਂ ਦਾ ਕੋਟਾਨ-ਕੋਟ ਧੰਨਵਾਦ। ਸੋ ਭਾਈ ਹੁਣ ਦੇਗ ਵਰਤੇਗੀ, ਸਜਾ ਪਾਉਣਗੇ, ਉਸ ਤੋਂ ਉਪਰੰਤ ਭਾਈ ਸੁਗਮ ਮਹਾਰਾਜ ਸੁਹਾਸਣਾ ਵੱਲ ਜਾਣਗੇ। ਸਾਰੀ ਸੰਗਤ ਨੇ ਭਾਈ ਜਪ ਦੇ ਵਿੱਚ ਬੋਲਣਾ। ਸੋ ਭਾਈ ਸੁਹਾਸਣਾ ਸੇਵਾ ਹੋ ਰਹੀ ਹੈ, ਨਾਲ ਹੀ ਭਾਈ ਜਪ ਦੇ ਵਿੱਚ ਬੋਲੋ, ਕੋਈ ਰਸਨਾ ਵਾਂਝੀ ਨਾ ਰਹੇ ਜੀ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ।
ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ